ਇੰਡੀਆ ਨਿਊਜ਼ ਪੰਜਾਬ ਵਿਖੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕੁਲਵਿੰਦਰ ਸਿੰਘ। ਗੱਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕਰਾਂਗੇ, ਜੋ ਕਿ ਕੱਲ੍ਹ ਪੰਜਾਬ ਦੀ ਫੇਰੀ ਉੱਤੇ ਆਉਣਗੇ। ਉਹਨਾਂ ਦੀ ਆਫੀਸ਼ੀਅਲ ਫੇਰੀ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦਾ ਪ੍ਰੋਗਰਾਮ ਪਹਿਲਾਂ ਤੋਂ ਹੀ ਨਿਰਧਾਰਿਤ ਸੀ, ਪਰ ਹੁਣ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਮੁਲਾਕਾਤ ਕਰਨਗੇ। ਇਸ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਤਿਆਰੀਆਂ ਜ਼ੋਰਾਂ ਦੇ ਉੱਤੇ ਨੇ। ਪੰਜਾਬ ਅਤੇ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਹੋਰ ਮਜ਼ਬੂਤੀ ਲਿਆਉਣ ਅਤੇ ਕੈਨੇਡਾ ਤੋਂ ਪੰਜਾਬ ਦੇ ਵਿੱਚ ਨਿਵੇਸ਼ ਲਿਆਉਣ ਦੇ ਮੌਕੇ ਦੇ ਵਜੋਂ ਇਸ ਮੁਲਾਕਾਤ ਨੂੰ ਵੇਖਿਆ ਜਾ ਰਿਹਾ ਹੈ। ਸਵਾਲ ਹੈ ਕਿ ਕੈਨੇਡਾ ਦੇ ਵਰਗੇ ਰੱਜੇ ਪੁੱਜੇ ਮੁਲਕ ਤੋਂ ਆਖਰ ਪੰਜਾਬ ਕੀ ਕੁਝ ਹਾਸਲ ਕਰ ਸਕਦਾ ਹੈ। ਪੰਜਾਬ ਦੇ ਵਿੱਚ ਨਿਵੇਸ਼ ਲਿਆਉਣ ਦੇ ਲਈ ਸਰਕਾਰ ਵੀ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਅਜਿਹੇ ਵਿੱਚ ਕੈਨੇਡਾ ਦੀ ਆਰਥਿਕ ਸਥਿਤੀ ਤੋਂ ਸ਼ਾਇਦ ਪੰਜਾਬ ਦੇ ਲਈ ਕੋਈ ਨਵਾਂ ਰਾਹ ਖੁੱਲ੍ਹੇ। ਕੈਨੇਡਾ ਦੇ ਵਿੱਚ ਵਸਦੇ ਪੰਜਾਬੀ ਪੰਜਾਬ ਦੇ ਲਈ ਦਿਲ ਦੇ ਵਿੱਚ ਦਰਦ ਰੱਖਦੇ ਨੇ। ਵਸਦੇ ਕੈਨੇਡਾ ਦੇ ਵਿੱਚ ਨੇ, ਪਰ ਪੰਜਾਬ ਦੀ ਹਰ ਸਥਿਤੀ ਦੇ ਨਾਲ ਵਾਹ ਵਾਸਤਾ ਰੱਖਦੇ ਨੇ। ਉਹ ਵੀ ਚਾਹੁੰਦੇ ਨੇ ਕਿ ਪੰਜਾਬ ਮੌਜੂਦਾ ਵੇਲੇ ਜਿਹੜੇ ਹਾਲਾਤਾਂ ਦਾ ਸਾਹਮਣਾ ਕਰ ਰਿਹਾ, ਉਹਨਾਂ ਦੇ ਵਿੱਚੋਂ ਬਾਹਰ ਨਿਕਲੇ। ਉਹ ਵੀ ਇਸ ਦਾ ਹਿੱਸਾ ਬਣਨਾ ਚਾਹੁੰਦੇ ਨੇ, ਪਰ ਇਸ ਦੇ ਲਈ ਕੋਈ ਯੋਜਨਾਬੰਦੀ ਸਰਕਾਰਾਂ ਦੇ ਵੱਲੋਂ ਨਜ਼ਰ ਨਹੀਂ ਆਉਂਦੀ। ਜਸਟਿਨ ਟਰੂਡੋ ਜਿਹੜੇ ਮਸਲਿਆਂ ਨੂੰ ਲੈ ਕੇ ਭਾਰਤ ਵਿੱਚ ਪਹੁੰਚੇ ਹੋਏ ਨੇ ਅਤੇ ਸਰਕਾਰ ਦੇ ਨਾਲ ਗੱਲਬਾਤ ਕਰਨ ਲਈ ਉਹ ਆਏ ਨੇ, ਉਹਨਾਂ ਦੇ ਵਿੱਚ ਸੁਰੱਖਿਆ, ਅੱਤਵਾਦ ਰੋਕਣ ਸੰਬੰਧੀ ਸਾਂਝ ਵਧਾਉਣਾ, ਵਪਾਰ ਅਤੇ ਨਿਵੇਸ਼ ਤੋਂ ਇਲਾਵਾ ਵਾਤਾਵਰਣ ਦੀਆਂ ਤਬਦੀਲੀਆਂ ਅਹਿਮ ਮੁੱਦੇ ਨੇ। ਪੰਜਾਬ ਦੇ ਲਈ ਟਰੂਡੋ ਦੀ ਫੇਰੀ ਕੀ ਮਾਇਨੇ ਰੱਖਦੀ ਹੈ, ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ। ਹਾਲਾਂਕਿ ਇਸ ਤੋਂ ਇਲਾਵਾ ਟਰੂਡੋ ਦੀ ਫੇਰੀ ਨੂੰ ਲੈ ਕੇ ਇੱਕ ਹੋਰ ਚਰਚਾ ਜਿਹੜੀ ਹੈ ਉਹ ਗਰਮ ਹੈ ਕਿ ਆਖਿਰ ਜਸਟਿਨ ਟਰੂਡੋ ਨੂੰ ਕੇਂਦਰ ਦੇ ਵੱਲੋਂ ਨਜ਼ਰਅੰਦਾਜ਼ ਕਿਉਂ ਕੀਤਾ ਜਾ ਰਿਹਾ ਹੈ। ਭਾਰਤ ਪਹੁੰਚੇ ਟਰੂਡੋ ਨੂੰ ਪ੍ਰਧਾਨ ਮੰਤਰੀ ਦੇ ਵੱਲੋਂ ਜੀ ਆਇਆ ਆਖਿਰ ਕਿਉਂ ਨਹੀਂ ਕਿਹਾ ਗਿਆ। ਹਾਲਾਂਕਿ ਕੇਂਦਰ ਦਾ ਕਹਿਣਾ ਹੈ ਕਿ ਅਜਿਹਾ ਕੋਈ ਵੀ ਪ੍ਰੋਟੋਕੋਲ ਨਹੀਂ ਹੈ ਕਿ ਪ੍ਰਧਾਨ ਮੰਤਰੀ ਜਾਣ ਅਤੇ ਉਹਨਾਂ ਨੂੰ ਰਿਸੀਵ ਕਰਦੇ। ਸਵਾਲ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕਰੀਏ ਤਾਂ ਦੁਨੀਆ ਦੇ ਦੂਜੇ ਮੁਲਕਾਂ ਦੇ ਤਮਾਮ ਲੀਡਰ ਜਿਵੇਂ ਕਿ ਬਰਾਕ ਓਬਾਮਾ, ਸ਼ਿੰਜੋ ਅਬੇ, ਬੈਂਜਾਮਿਨ ਨੇਤਨਯਾਹੂ ਨੂੰ ਪ੍ਰਧਾਨ ਮੰਤਰੀ ਨਿੱਜੀ ਤੌਰ ਦੇ ਉੱਤੇ ਜੀ ਆਇਆਂ ਕਹਿਣ ਲਈ ਪਹੁੰਚੇ ਸੀ। ਬਕਾਇਦਾ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਜੱਫੀ ਵੀ ਪਾਈ ਸੀ। ਸਵਾਲ ਹੈ ਕਿ ਆਖਿਰ ਜਸਟਿਨ ਟਰੂਡੋ ਇਸ ਜੱਫੀ ਤੋਂ ਬਾਂਝੇ ਕਿਉਂ ਰਹੇ? ਕੀ ਟਰੂਡੋ ਦੂਜੇ ਮੁਲਕਾਂ ਦੇ ਲੀਡਰਾਂ ਦੇ ਵਾਂਗ ਭਾਰਤ ਲਈ ਓਨੀ ਅਹਿਮੀਅਤ ਨਹੀਂ ਰੱਖਦੇ, ਜਾਂ ਫਿਰ ਕਾਰਨ ਕੁਝ ਹੋਰ ਨੇ? ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੱਲ੍ਹ ਅੰਮ੍ਰਿਤਸਰ ਪਹੁੰਚਣਗੇ। ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਮੁਲਾਕਾਤ ਕਰਨਗੇ ਅਤੇ ਮੁਲਾਕਾਤ ਨੂੰ ਪੰਜਾਬ ਅਤੇ ਕੈਨੇਡਾ ਦੇ ਰਿਸ਼ਤਿਆਂ ਲਈ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਕੈਨੇਡਾ ਵੱਡੀ ਗਿਣਤੀ ਵਿੱਚ ਪੰਜਾਬੀ ਲੋਕਾਂ ਦੀ ਹੈ। ਉੱਥੇ ਹੀ ਪੰਜਾਬ ਲਈ ਇਸ ਨੂੰ ਕੈਨੇਡਾ ਤੋਂ ਨਿਵੇਸ਼ ਲਿਆਉਣ ਅਤੇ ਵਪਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਇੱਕ ਚੰਗਾ ਮੌਕਾ ਵੀ ਮੰਨਿਆ ਜਾ ਰਿਹਾ ਹੈ। ਦੇਖੋ, ਪੰਜਾਬ ਸਰਕਾਰ ਬਿਲਕੁਲ ਤਿਆਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੀ ਅੰਮ੍ਰਿਤਸਰ ਪਹੁੰਚ ਰਹੇ ਹੈ ਔਰ ਇਸੇ ਏਅਰਪੋਰਟ ਦੇ ਉੱਪਰ ਪੰਜਾਬ ਸਰਕਾਰ ਉਹਨਾਂ ਦਾ ਰੈੱਡ ਕਾਰਪੇਟ ਦੇ ਨਾਲ ਸਵਾਗਤ ਕਰੇਗੇ ਕੈਨੇਡਾ ਦਾ ਦੇ ਪ੍ਰਧਾਨ ਮੰਤਰੀ ਜੀ ਦਾ ਔਰ ਉਹਨਾਂ ਕੋਲੋਂ ਇਸੇ ਏਅਰਪੋਰਟ ਤੋਂ ਉਹ ਕਿਉਂਕਿ ਇੱਕ ਨਵਾਂ ਰਿਸ਼ਤਾ, ਨਵਾਂ ਅਧਿਐਨ, ਨਵਾਂ ਇੱਕ ਇਤਿਹਾਸ ਰਚਨ ਵਾਸਤੇ ਟੋਰਾਂਟੋ ਲਈ ਫਲਾਈਟ ਜਿਹੜੀ ਹੈ ਉਹ ਚਾਲੂ ਕੀਤੀ ਜਾਏ। ਮੁੱਖ ਮੰਤਰੀ ਜੀ ਉਸ ਗੱਲ ਦੇ ਉੱਪਰ ਵੀ ਉਹਨਾਂ ਨਾਲ ਗੱਲ ਕਰਨਗੇ। ਪੰਜਾਬ ਦੇ ਨਾਲ ਸੰਬੰਧਿਤ ਬਹੁਤ ਸਾਰੇ ਮੁੱਦੇ ਹੈ, ਬਹੁਤ ਸਾਰੇ ਮਸਲੇ ਹੈ ਔਰ ਇੱਕ ਨਵਾਂ ਰਿਸ਼ਤਾ ਜਿਹੜਾ ਜੁੜੇਗਾ, ਇੱਕ ਨਵਾਂ ਇਤਿਹਾਸ ਰਚਿਆ ਜਾਏਗਾ। ਪੰਜਾਬ ਤੋਂ ਵੱਖ ਜਸਟਿਨ ਟਰੂਡੋ ਦੀ ਫੇਰੀ ਨੂੰ ਲੈ ਕੇ ਇੱਕ ਸਵਾਲ ਉਹਨਾਂ ਅਣਦੇਖੀ ਕੀਤੇ ਜਾਣ ਨੂੰ ਲੈ ਕੇ ਵੀ ਉੱਠ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਨਾ ਹੀ ਗਰਮਜੋਸ਼ੀ ਨਾਲ ਉਹਨਾਂ ਦਾ ਸਵਾਗਤ ਕੀਤਾ ਅਤੇ ਉਸ ਤੋਂ ਬਾਅਦ ਵੀ ਉਹਨਾਂ ਦੀ ਵੱਖ ਵੱਖ ਥਾਵਾਂ 'ਤੇ ਫੇਰੀ ਦੌਰਾਨ ਕੋਈ ਵੱਡੇ ਪ੍ਰੋਗਰਾਮ ਉਲੇਕੇ ਗਏ। ਖਬਰਾਂ ਮੁਤਾਬਕ ਇਸ ਦੇ ਪਿੱਛੇ ਇੱਕ ਵਜ੍ਹਾ ਜਸਟਿਨ ਟਰੂਡੋ ਦੀ ਰੈਡੀਕਲ ਸਿੱਖਾਂ ਪ੍ਰਤੀ ਨਰਮਦਿਲੀ ਨੂੰ ਵੀ ਮੰਨਿਆ ਜਾ ਰਿਹਾ ਹੈ। ਬਿਊਰੋ ਰਿਪੋਰਟ, ਇੰਡੀਆ ਨਿਊਜ਼, ਪੰਜਾਬ। ਅਤੇ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਸਵਾਲਾਂ ਦੀ ਗੱਲ ਕਰ ਲੈਂਦੇ ਹਾਂ ਕਿ ਆਖਿਰ ਕੈਪਟਨ ਅਤੇ ਟਰੂਡੋ ਦੀ ਮੁਲਾਕਾਤ ਦੇ ਨਾਲ ਪੰਜਾਬ ਨੂੰ ਕੀ ਲਾਹਾ ਹੋਏਗਾ, ਕੀ ਕੁਝ ਫਾਇਦਾ ਪੰਜਾਬ ਨੂੰ ਇਸ ਮੁਲਾਕਾਤ ਤੋਂ ਪੰਜਾਬੀਆਂ ਨੂੰ ਉਮੀਦ ਕਰਨੀ ਚਾਹੀਦੀ ਹੈ? ਕੀ ਪੰਜਾਬ ਦੇ ਨਾਲ ਕੈਨੇਡਾ ਦੇ ਵਪਾਰਕ ਰਿਸ਼ਤੇ ਹੋਰ ਮਜ਼ਬੂਤ ਹੋਣਗੇ? ਸਵਾਲ ਇਹ ਵੀ ਹੈ ਕਿ ਕੀ ਕੈਨੇਡਾ ਤੋਂ ਪੰਜਾਬ ਦੇ ਵਿੱਚ ਨਿਵੇਸ਼ ਆਵੇਗਾ, ਜਿਸ ਦੀ ਕਿ ਹਮੇਸ਼ਾ ਹੀ ਉਮੀਦ ਕੀਤੀ ਜਾਂਦੀ ਹੈ ਵੱਡੇ ਪੱਧਰ 'ਤੇ, ਪੰਜਾਬੀ ਵੀ ਉੱਥੇ ਵਸਦੇ ਨੇ। ਸਵਾਲ ਇਹ ਉੱਠਦਾ ਰਿਹਾ ਕਿ ਪ੍ਰਵਾਸੀ ਪੰਜਾਬੀ ਆਖਿਰ ਪੰਜਾਬ ਦੇ ਵਿੱਚ ਇਸ ਤਰੀਕੇ ਨਿਵੇਸ਼ ਆਖਿਰ ਕਿਉਂ ਨਹੀਂ ਕਰਦੇ? ਸਵਾਲ ਇਹ ਵੀ ਹੈ ਕਿ ਕੀ ਕੇਂਦਰ ਸਰਕਾਰ ਟਰੂਡੋ ਨੂੰ ਨਜ਼ਰਅੰਦਾਜ਼ ਕਰ ਰਹੀ ਹੈ, ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਉਸ ਨੂੰ ਲੈ ਕੇ ਵੀ ਹੁਣ ਸਵਾਲ ਉੱਠਣ ਲੱਗੇ ਨੇ। ਟਰੂਡੋ ਦੇ ਪੰਜਾਬ ਫੇਰੀ ਦੇ ਨਾਲ ਕੈਨੇਡਾ ਦੀ ਸਿਆਸਤ ਦੇ ਉੱਤੇ ਆਖਿਰ ਕੀ ਕੁਝ ਅਸਰ ਪਏਗਾ, ਉਸ ਦੇ ਬਾਰੇ ਵੀ ਅੱਜ ਚਰਚਾ ਕਰਾਂਗੇ। ਅਤੇ ਚਰਚਾ ਕਰਨ ਲਈ ਖਾਸ ਮਹਿਮਾਨ ਚੰਡੀਗੜ੍ਹ ਸਟੂਡੀਓ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ। ਸਾਡੇ ਨਾਲ ਬ੍ਰਿਗੇਡੀਅਰ ਨਵਾਬ ਹੀਰ ਨੇ, ਸੀਨੀਅਰ ਪੱਤਰਕਾਰ ਨੇ, ਕੈਨੇਡਾ ਅਤੇ ਨੌਰਥ ਅਮਰੀਕਾ ਨਾਲ ਸੰਬੰਧਿਤ ਚੰਗੀ ਜਾਣਕਾਰੀ ਰੱਖਦੇ ਨੇ, ਲਿਖਦੇ ਵੀ ਰਹਿੰਦੇ ਨੇ। ਉਸ ਬਾਰੇ ਸਰਜੀਤ ਧਾਲੀਵਾਲ, ਸੀਨੀਅਰ ਪੱਤਰਕਾਰ ਨੇ, ਇਸ ਮਸਲੇ ਦੇ ਉੱਤੇ ਲੰਬਾ ਤਜਰਬਾ ਰੱਖਦੇ ਨੇ। ਕਮਲਪ੍ਰੀਤ ਸਿੰਘ ਖਹਿਰਾ ਸਾਡੇ ਨਾਲ ਜੁੜਨੇ, ਪ੍ਰਵਾਸੀ ਸਨਅਤਕਾਰ ਨੇ, ਕੈਨੇਡਾ ਅਧਾਰਤ ਇੰਟਰਪ੍ਰੀਨਿਓਰ ਨੇ।
निवेश ਨੂੰ ਲੈ ਕੇ ਚਰਚਾ ਕਰਾਂਗੇ ਕਿ ਪੰਜਾਬ ਦੇ ਵਿੱਚ ਕੀ ਕੁਝ ਸੰਭਾਵਨਾਵਾਂ ਇਸ ਨੂੰ ਲੈ ਕੇ ਬਣਦੀਆਂ ਨੇ ਤੇ ਗੁਰਪ੍ਰੀਤ ਸਿੰਘ ਜੀ ਨੇ ਸਿੱਖ ਬੁੱਧੀਜੀਵੀ ਨੇ ਸਿੱਖ ਸਿਆਸਤ ਨੂੰ ਲੈ ਕੇ ਉਹਨਾਂ ਦੇ ਨਾਲ ਵੀ ਚਰਚਾ ਕਰਾਂਗੇ ਤੁਹਾਡੇ ਸਾਰਿਆਂ ਦਾ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਨਵਾਬ ਹੀਰ ਜੀ ਸਰ ਮੈਂ ਤੁਹਾਡੇ ਤੋਂ ਸ਼ੁਰੂਆਤ ਕਰਨਾ ਚਾਹੂੰਗਾ ਪੰਜਾਬ ਦੇ ਸੰਦਰਭ 'ਚ ਜੋ ਮੁਲਾਕਾਤ ਹੋਣ ਜਾ ਰਹੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਸਵਾਲ ਉੱਠ ਰਹੇ ਸੀ ਕਿ ਮੁਲਾਕਾਤ ਹੋਏਗੀ ਕਿ ਨਹੀਂ ਹੋਏਗੀ ਆਖਿਰਕਾਰ ਸਮਾਂ ਮਿਲ ਗਿਆ ਹੈ ਕਿਸ ਤਰੀਕੇ ਨਾਲ ਤੁਸੀਂ ਵੇਖਦੇ ਹੋ ਪੰਜਾਬ ਦੇ ਸੰਦਰਭ 'ਚ ਜੇ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਕੈਨੇਡਾ ਦੇ ਨਾਲ ਰਿਸ਼ਤਿਆਂ ਦੀ ਸੰਬੰਧ ਗੱਲ ਕਰੀਏ ਤੁਹਾਨੂੰ ਲੱਗਦਾ ਹੈ ਕਿ ਇੱਕ ਚੰਗਾ ਮੌਕਾ ਹੈ ਪੰਜਾਬ ਦੇ ਕੋਲ ਬਿਲਕੁਲ ਸਹੀ ਕਿਹਾ ਤੁਸੀਂ ਕਿ ਇੱਕ ਤਾਂ ਅਸੀਂ ਇਹ ਵੈਲਕਮ ਕਰਦੇ ਹਾਂ ਕਿ ਕੈਪਟਨ ਸਾਹਿਬ ਉਹਨਾਂ ਨੂੰ ਕੱਲ੍ਹ ਉਹਨਾਂ ਦੀ ਮੁਲਾਕਾਤ ਹੋ ਰਹੀ ਹੈ ਔਰ ਪੂਰੀ ਪੰਜਾਬ ਗਵਰਨਮੈਂਟ ਔਰ ਪੰਜਾਬ ਉਹਨਾਂ ਨੂੰ ਆਲਮੋਸਟ ਰੈੱਡ ਕਾਰਪਟ ਟ੍ਰੀਟਮੈਂਟ ਦੇ ਰਿਹਾ ਔਰ ਗੋਲਡਨ ਟੈਂਪਲ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਵੈਲਕਮ ਹੋ ਰਿਹਾ ਹੁਣ ਕੈਨੇਡਾ ਤੋਂ ਪੰਜਾਬ ਦੇ ਨਾਲ ਇਹੋ ਜਿਹੇ ਗੂੜੇ ਰਿਸ਼ਤੇ ਹੋ ਗਏ ਹੈ ਕਿ ਕੈਨੇਡਾ 'ਚ ਜਿਹੜਾ ਡਾਇਸਪੋਰਾ ਹੈ ਉਹ ਇੱਕ ਮਿੰਨੀ ਪੰਜਾਬ ਬਣ ਗਿਆ ਹੈ ਜੀ ਔਰ ਇਸ ਵੇਲੇ ਅੱਧੀ ਗਵਰਨਮੈਂਟ ਜੋ ਕੈਨੇਡਾ ਦੀ ਹੈ ਪੰਜਾਬ ਦੇ ਉਹਨਾਂ ਦੇ ਪੰਜਾਬ 'ਚ ਰੂਟਸ ਨੇ ਔਰ ਸਾਡੀ ਜੇ ਦੋ ਤਿੰਨ ਪੁਆਇੰਟ ਲਈਏ ਜਿਹਦਾ ਬਹੁਤ ਵੱਡਾ ਫਾਇਦਾ ਹੋ ਸਕਦਾ ਇਸ ਅੱਛੀ ਮੀਟਿੰਗ ਤੋਂ ਇੱਕ ਤਾਂ ਹੈ ਸਾਡੀ ਜਿਹੜੀ ਇਕੋਨਮੀ ਹੈ ਹਰ ਸਾਲ ਕੈਨੇਡਾ ਤੋਂ ਕੋਈ 2-3 ਲੱਖ ਪ੍ਰਵਾਸੀ ਇੱਥੇ ਆਉਂਦੇ ਆ ਉਹ ਟਰੈਵਲ ਕਰਦੇ ਆ ਟੂਰਿਜ਼ਮ 'ਤੇ ਜਾਂਦੇ ਆ ਹੋਟਲ 'ਚ ਜਾਂਦੇ ਆ ਸ਼ੋਪਿੰਗ ਕਰਦੇ ਆ ਕੋਈ 12-13 ਹਜ਼ਾਰ ਲੱਖ ਕਰੋੜ ਰੁਪਈਆ ਉਹ ਇੱਥੇ ਖਰਚ ਕਰਦੇ ਆ ਇਸੇ ਤਰ੍ਹਾਂ ਉੱਥੋਂ ਪ੍ਰਵਾਸੀਆਂ ਦਾ ਪੈਸਾ ਇੱਥੇ ਆਉਂਦਾ ਕੋਈ 7 ਲੱਖ ਪੰਜਾਬੀ ਉੱਥੇ ਵਸੇ ਹੋਏ ਨੇ ਔਰ 75 ਲੱਖ ਸਟੂਡੈਂਟ ਉੱਥੇ ਨੇ ਔਰ ਇਹਨਾਂ 7-75 ਲੱਖ ਸਟੂਡੈਂਟ ਨੂੰ ਇੰਪਲਾਇਮੈਂਟ ਮਿਲੇਗੀ ਜਦੋਂ ਉਹ ਆਪਣਾ ਕੋਰਸ ਖਤਮ ਕਰ ਲੈਣਗੇ ਔਰ ਜੋਬ ਕ੍ਰੀਏਸ਼ਨ ਜਿਹੜੀ ਪੰਜਾਬ 'ਚ ਇਸ ਵੇਲੇ ਸਭ ਤੋਂ ਵੱਡੀ ਪ੍ਰੋਬਲਮ ਹੈ ਇਹ ਤੋਂ ਇਲਾਵਾ ਬਹੁਤ ਕੁਛ ਕੀਤਾ ਜਾ ਸਕਦਾ ਓਇਲ ਦਾ ਲੋਨ ਮਿਲ ਸਕਦਾ ਕੈਨੇਡਾ ਤੋਂ ਸਾਡੇ ਫਾਰਮਰਸ ਨੂੰ ਹੈਲਪ ਹੋ ਸਕਦੀ ਹੈ ਸਾਡੀ ਜਿਹੜੀ ਐਗਰੀਕਲਚਰ ਹੈ ਉਹਦੀ ਟੈਕਨੋਲੋਜੀ ਦੀ ਹੈਲਪ ਹੋ ਸਕਦੀ ਹੈ ਫੂਡ ਪ੍ਰੋਸੈਸਿੰਗ 'ਚ ਹੈਲਪ ਹੋ ਸਕਦੀ ਹੈ ਇਨਵੈਸਟਮੈਂਟ ਆ ਸਕਦੀ ਹੈ ਪ੍ਰਵਾਸੀ ਬਹੁਤ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਪੰਜਾਬ ਦੇ ਵਿੱਚ ਜੇ ਦੋਨੋਂ ਦੇਸ਼ਾਂ ਦੀ ਜਾਂ ਸਟੇਟ ਦੀ ਔਰ ਕੈਨੇਡਾ ਦੀ ਬਹੁਤ ਸੁਹਾਵੀ ਕੱਲ੍ਹ ਮੀਟਿੰਗ ਹੋ ਜਾਏ ਔਰ ਉਹਦੇ ਨਾਲ ਰਿਲੇਸ਼ਨ ਇੰਨੇ ਅੱਛੇ ਹੋ ਸਕਦੇ ਆ ਕਿ ਕੈਨੇਡਾ ਔਰ ਪੰਜਾਬ ਦਾ ਇੱਕ ਦੂਸਰੇ ਤੋਂ ਬਹੁਤ ਫਾਇਦਾ ਹੋ ਸਕਦਾ ਤੁਹਾਡੇ ਕੋਲ ਵੀ ਮੈਂ ਇਹੀ ਸਵਾਲ ਜਾਣਨਾ ਚਾਹੂੰਗਾ ਕਿ ਤੁਸੀਂ ਇਸ ਮੁਲਾਕਾਤ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਕੀ ਕੁਝ ਸੰਭਾਵਨਾਵਾਂ ਤੁਹਾਨੂੰ ਨਜ਼ਰ ਆਉਂਦੀਆਂ ਨੇ ਇਸ ਮੁਲਾਕਾਤ ਦੇ ਵਿੱਚ ਬਿਲਕੁਲ ਮੈਨੂੰ ਤਾਂ ਬਹੁਤ ਪੋਜ਼ਿਟਿਵ ਲੁੱਕ ਹੋ ਰਹੀ ਹੈ ਹੁਣ ਕੈਪਟਨ ਸਾਹਿਬ ਨੇ ਜਿਹੜੀਆਂ ਆਫ ਲੇਟ ਸਟੇਟਮੈਂਟ ਦਿੱਤੀਆਂ ਕੈਪਟਨ ਸਾਹਿਬ ਨੇ ਜਿਸ ਤਰ੍ਹਾਂ ਪੂਰੀ ਸਟੇਟ ਮਿਨਿਸਟਰੀ ਪੂਰੀ ਮਿਨਿਸਟਰੀ ਨੂੰ ਔਰ ਪੂਰੀ ਸਟੇਟ ਨੂੰ ਕਿਹਾ ਕਿ ਤੁਸੀਂ ਅੱਛਾ ਵੈਲਕਮ ਕਰੋ ਔਰ ਜਿਹੜੀ 1 ਘੰਟੇ ਦੀ ਮੁਲਾਕਾਤ ਹੋ ਰਹੀ ਹੈ ਟਰੂਡੋ ਸਾਹਿਬ ਦੇ ਨਾਲ ਯੈਸ 1-2 ਇਰੀਟੈਂਟਸ ਵੀ ਨੇ ਉਹ ਵੀ ਰਿਜ਼ੋਲਵ ਹੋ ਜਾਣਗੇ ਕਿ ਜਦੋਂ ਕਿ ਕੈਪਟਨ ਸਾਹਿਬ ਦੀ ਫੇਰੀ ਵੇਲੇ ਆਏ ਸਨ ਜਾਂ ਉਹਨਾਂ ਦੇ ਜਿਹੜਾ ਡਿਫੈਂਸ ਮਿਨਿਸਟਰ ਦੀ ਫੇਰੀ ਵੇਲੇ ਆਏ ਸੀ ਜਾਂ ਇਸ ਜਿਹੜੀ ਵਿਜ਼ਿਟ ਤੋਂ ਪਹਿਲਾਂ ਪਿਛਲੇ 2-3 ਦਿਨ 'ਚ ਹੋਏ ਆ ਬਟ ਪਰਮਾਤਮਾ ਦਾ ਸ਼ੁਕਰ ਹੈ ਕਿ ਸਭ ਕੁਛ ਠੀਕ ਹੋ ਰਿਹਾ ਆਈ ਐਮ ਸ਼ੋਰ ਕਿ ਵਿਜ਼ਿਟ ਬੜੀ ਪੋਜ਼ਿਟਿਵ ਜਾਏਗੀ ਔਰ ਪੰਜਾਬ ਲਈ ਔਰ ਕੈਨੇਡਾ ਲਈ ਦੋਨੋਂ ਲਈ ਫਾਇਦੇਮੰਦ ਹੋਏਗੀ ਠੀਕ ਹੈ ਸਰ ਵੀ ਧਾਲੀਵਾਲ ਸਰ ਮੇਰਾ ਸਵਾਲ ਤੁਹਾਨੂੰ ਹੈ ਕਿ ਤੁਸੀਂ ਹਾਂ ਤੁਸੀਂ ਇਹ ਮੁਲਾਕਾਤ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਨੂੰ ਇੱਕ ਪੋਜ਼ਿਟਿਵ ਤਰੀਕੇ ਨਾਲ ਇਸ ਮੁਲਾਕਾਤ ਨੂੰ ਲੈਣਾ ਚਾਹੀਦਾ ਅਤੇ ਕੀ ਕੁਝ ਸੰਭਾਵਨਾਵਾਂ ਤੁਸੀਂ ਪੰਜਾਬ ਲਈ ਵੇਖਦੇ ਹੋ ਇਸ ਮੁਲਾਕਾਤ 'ਚ ਦੇਖੋ ਸਭ ਤੋਂ ਵਧੀਆ ਗੱਲ ਤਾਂ ਇਹ ਹੈਗੀ ਕਿ ਪਿਛਲੇ ਸਮੇਂ ਜਿਹੜੀ ਬਿਟਰਨੈਸ ਕ੍ਰੀਏਟ ਹੋਈ ਸੀ ਉਹ ਦੂਰ ਹੋ ਗਈ ਹੈ ਜੀ ਜਿਹੜਾ ਕਿ ਅਣਸਖਾਵਾਂ ਵਾਤਾਵਰਨ ਬਣ ਗਿਆ ਸੀ ਪਿਛਲੇ ਸਮੇਂ ਜਦੋਂ ਹਰਜੀਤ ਸਿੰਘ ਸੱਜਣ ਆਏ ਸੀਗੇ ਉਸ ਸਮੇਂ ਵਿੱਚ ਕੁਛ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਸੀ ਜਾਂ ਕੁਝ ਇਸ ਤਰ੍ਹਾਂ ਦੀ ਬਿਆਨਬਾਜ਼ੀ ਹੋਈ ਸੀ ਜਿਹੜੀ ਕਿ ਨਾ ਸਾਡੇ ਹਿੱਤ ਵਿੱਚ ਸੀ ਅਤੇ ਨਾ ਇਹ ਕੈਨੇਡੀਅਨ ਗਵਰਨਮੈਂਟ ਦੇ ਹਿੱਤ ਵਿੱਚ ਸੀਗੀ ਉਹਦਾ ਕਾਰਨ ਇੱਕ ਹੈ ਕਿ ਪੰਜਾਬੀਆਂ ਲਈ ਜਿਹੜਾ ਕੈਨੇਡਾ ਹੈਗਾ ਉਹ ਸੈਕਿੰਡ ਹੋਮ ਹੈਗਾ ਬਹੁਤ ਸਾਰੇ ਪੰਜਾਬੀ ਉੱਥੇ ਜਾ ਕੇ ਸੈਟਲ ਹੋਏ ਨੇ ਉਹਨਾਂ ਦਾ ਜਿਹੜਾ ਫਿਊਚਰ ਹੈ ਉਹਨਾਂ ਦੇ ਬੱਚਿਆਂ ਦਾ ਫਿਊਚਰ ਹੈ ਜਿਹੜਾ ਉਹਨਾਂ ਦੇ ਪਰਿਵਾਰਾਂ ਦਾ ਜਿਹੜਾ ਭਵਿੱਖ ਹੈ ਉਹ ਕੈਨੇਡਾ ਨਾਲ ਜੁੜ ਗਿਆ ਹੈ ਦੂਸਰੀ ਗੱਲ ਇਹ ਵੀ ਹੈ ਕਿ ਕੈਨੇਡਾ ਵਿੱਚ ਜਾ ਕੇ ਪੰਜਾਬੀ ਬਹੁਤ ਤਰੱਕੀ ਵੀ ਉਹਨਾਂ ਨੇ ਕੀਤੀ ਹੈ ਅਤੇ ਉੱਥੋਂ ਦਾ ਜਿਹੜਾ ਸਿਆਸੀ ਜਿਹੜਾ ਆਪਣਾ ਸਟਰਕਚਰ ਹੈ ਉਹਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਰੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਤੋ ਮੈਨੂੰ ਲੱਗਦਾ ਕਿ ਜਿਹੜੀਆਂ ਇਹ ਮੁਲਾਕਾਤ ਹੈਗੀ ਜਿਹੜੀ ਕੱਲ੍ਹ ਹੋਏਗੀ ਲੰਚ 'ਤੇ ਹੋਣੀ ਹੈ ਸ਼ਾਇਦ 20 ਮਿੰਟ ਲਈ ਮੁਲਾਕਾਤ ਹੋਣੀ ਹੈ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਤੇ ਕੇਂਦਰ ਟਰੂਡੋ ਸਾਹਿਬ ਦੀ ਸੋ ਮੈਨੂੰ ਲੱਗਦਾ ਕਿ ਉਹਦੇ ਬਹੁਤ ਸਾਰਥਕ ਨਤੀਜੇ ਨਿਕਲਣਗੇ ਆਉਣ ਵਾਲੇ ਦਿਨਾਂ ਵਿੱਚ ਇੱਕ ਹੋਰ ਸਖਾਵਾਂ ਮਾਹੌਲ ਉਸਰੇਗਾ ਜਿਹਦੇ ਨਾਲ ਪੰਜਾਬੀਆਂ ਨੂੰ ਹੋਰ ਉੱਥੇ ਜਾਣ ਦਾ ਮੌਕਾ ਮਿਲੇਗਾ ਅਤੇ ਦੂਸਰੀ ਗੱਲ ਇਹ ਹੈਗੀ ਕਿ ਜਿਹੜੀ ਖੇਤੀਬਾੜੀ ਹੈਗੀ ਖੇਤੀਬਾੜੀ ਵਿੱਚ ਕੈਨੇਡਾ ਬਹੁਤ ਅੱਗੇ ਹੈਗਾ ਸਾਡੇ ਨਾਲ ਬਹੁਤ ਐਡਵਾਂਸ ਹੈਗਾ
ਉੱਥੇ ਖਾਸ ਕਰਕੇ ਜਿਹੜੀ ਪੈਕੇਜ ਇੰਡਸਟਰੀ ਹੈਗੀ ਖੇਤੀਬਾੜੀ ਨਾਲ ਸੰਬੰਧ ਉਹ ਬਹੁਤ ਐਡਵਾਂਸ ਹੈਗੀ ਹੈ। ਦੂਸਰਾ ਫੂਡ ਪ੍ਰੋਸੈਸਿੰਗ ਦੇ ਅੱਗੇ ਵਿੱਚ ਉਹ ਬਹੁਤ ਅੱਗੇ ਹੈਗਾ। ਅਸੀਂ ਇਸ ਵੇਲੇ ਜਿਹੜੀ ਸਾਡੀ ਪੰਜਾਬ ਦੀ ਖੇਤੀਬਾੜੀ ਹੈਗੀ ਅਸੀਂ ਬਹੁਤ ਸਟਰਗਲ ਕਰ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਜਿਹੜੀ ਕਣਕ ਅਤੇ ਝੋਨੇ ਦਾ ਚੱਕਰ ਹੈਗਾ, ਫਸਲੀ ਚੱਕਰ ਹੈਗਾ, ਉਹ ਤੋਂ ਖਹਿੜਾ ਛੁਡਾਇਆ ਜਾਵੇ ਅਤੇ ਨਵੀਆਂ ਫਸਲਾਂ ਵੱਲ ਆਇਆ ਜਾਵੇ, ਖੇਤੀਬਾੜੀ ਦੇ ਸੈਕਟਰ ਵਿੱਚ ਵਿਭਿੰਨਤਾ ਲਿਆਉਂਦੀ ਜਾਵੇ। ਇਹ ਜਿਹੜੀ ਵਿਭਿੰਨਤਾ ਹੈਗੀ, ਡਾਇਵਰਸੀਫਿਕੇਸ਼ਨ ਹੈਗੀ, ਉਹਦੇ 'ਚ ਕੈਨੇਡਾ ਸਾਡੇ ਲਈ ਬਹੁਤ ਸਹਾਈ ਹੋ ਸਕਦਾ ਹੈ, ਕਿਉਂਕਿ ਜਿਹੜੇ ਸਾਡੇ ਵੀ ਕਣਕ ਦੀ ਫਸਲ ਪੈਦਾ ਹੁੰਦੀ ਹੈ ਉਹਦੀ ਅਸੀਂ ਪਰ ਉਹਦੀ ਪ੍ਰੋਸੈਸਿੰਗ ਨਹੀਂ ਕਰਦੇ, ਅਸੀਂ ਕਣਕ ਨੂੰ ਐਜ਼ ਏ ਰਾ ਮਟੀਰੀਅਲ ਹੀ ਦੇਸ਼ ਦੀ ਮੰਡੀ ਵਿੱਚ ਵੇਚਦੇ ਹਾਂ, ਇਹਦੀ ਫੂਡ ਪ੍ਰੋਸੈਸਿੰਗ ਬਿਲਕੁਲ ਨਹੀਂ ਕਰਦੇ। ਪਰ ਇਸ ਵੇਲੇ ਜਿਹੜੀ ਕਣਕ ਹੈਗੀ ਉਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਜਾ ਰਹੀਆਂ ਨੇ, ਕਣਕ ਜਿਹੜਾ ਕੈਨੇਡਾ ਹੈ ਇਸ ਲਈ ਸਾਡਾ ਮਦਦ ਕਰ ਸਕਦਾ। ਇਸ ਤੋਂ ਬਿਨਾਂ ਡੇਅਰੀ ਸੈਕਟਰ ਹੈਗਾ, ਡੇਅਰੀ ਸੈਕਟਰ ਵਿੱਚ ਕੈਨੇਡਾ ਬਹੁਤ ਅੱਗੇ ਹੈ, ਬਹੁਤ ਐਡਵਾਂਸ ਹੈ। ਫਰਜ਼ ਕਰੋ ਜੇ ਮੈਂ ਤੁਹਾਨੂੰ ਉੱਥੇ ਥੋੜ੍ਹੀ ਜਿਹੀ ਉਦਾਹਰਨ ਦੇਵਾਂ, ਦਹੀਂ ਹੈਗਾ, ਦਹੀਂ ਦੇ ਜਿਹੜੀ ਕਰਡ ਹੈਗੀ, ਕਰਡ ਦੇ ਵਿੱਚ ਉਹਦੇ ਇੰਨੇ ਫਲੇਵਰ ਹੈਗੇ ਕੈਨੇਡਾ ਵਿੱਚ, ਆਈਸ ਕ੍ਰੀਮ ਨਾਲੋਂ ਬੈਟਰ ਫਲੇਵਰ ਹੈਗੇ ਨੇ। ਪਰ ਅਸੀਂ ਜਿਹੜੀ ਇੱਥੇ ਦਹੀਂ ਬਣਾਉਂਦੇ ਹਾਂ ਜਾਂ ਅਸੀਂ ਡੇਅਰੀ ਪ੍ਰੋਡਕਟਸ ਬਣਾਉਂਦੇ ਹਾਂ, ਸਾਡੀਆਂ ਬੜੀਆਂ ਮਤਲਬ ਇਨੀਸ਼ੀਅਲ ਲੈਵਲ ਦੀਆਂ ਪ੍ਰੋਡਕਟਸ ਹੈਗੀਆਂ ਨੇ, ਅਸੀਂ ਉਹਦੀ ਬਹੁਤੀ ਫੂਡ ਪ੍ਰੋਸੈਸਿੰਗ ਨਹੀਂ ਕਰਦੇ। ਅਸੀਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਡੇਅਰੀ ਪ੍ਰੋਡਕਟਸ ਨੂੰ ਪ੍ਰੋਸੈਸ ਕਰਕੇ ਮਤਲਬ ਉਤਰ ਸਕਦੇ ਹਾਂ, ਸਾਡੇ ਕਿਸਾਨ ਖੁਸ਼ਹਾਲ ਹੋ ਸਕਦੇ ਨੇ ਜੇਕਰ ਕੈਨੇਡਾ ਦੀ ਸਾਨੂੰ ਮਦਦ ਮਿਲ ਜਾਂਦੀ ਹੈ। ਮੇਰਾ ਖਿਆਲ ਹੈ ਕਿ ਕੱਲ੍ਹ ਮੁੱਖ ਮੰਤਰੀ ਸਾਹਿਬ ਇਸ ਸੰਬੰਧ ਵਿੱਚ ਇਹ ਕਹਿੰਦਾ ਇੱਕ ਟਰੂਡੋ ਨਾਲ ਜਿਹੜੇ ਹੁੰਦੇ ਪ੍ਰਾਈਮ ਮਿਨਿਸਟਰ ਕੈਨੇਡਾ ਦੇ, ਉਹਨਾਂ ਨਾਲ ਗੱਲਬਾਤ ਕਰਨਗੇ। ਕੱਲ੍ਹ ਟਰੂਡੋ ਨਹੀਂ ਆ ਰਹੇ, ਉਹਨਾਂ ਦੇ ਨਾਲ 4-5 ਜਿਹੜੇ ਪੰਜਾਬੀ ਮੰਤਰੀ ਵੀ ਆ ਰਹੇ ਨੇ। ਸਰ ਮੇਰਾ ਸਵਾਲ ਇਹ ਕਿਹਦੇ ਨਾਲ ਇਹੀ ਜੁੜਿਆ ਹੋਇਆ, ਜੋ ਅਸੀਂ ਪਿਛਲੇ ਸਮੇਂ ਦੀ ਗੱਲ ਕਰ ਰਹੇ ਸੀ, ਜਿਹੜਾ ਇਸ ਤੋਂ ਪਹਿਲਾਂ ਜੋ ਕਮੈਂਟ ਪੰਜਾਬ ਸਰਕਾਰ ਦੇ ਵੱਲੋਂ ਗਏ ਸੀਗੇ, ਤੁਹਾਨੂੰ ਲੱਗਦਾ ਕਿ ਉਹ ਮੁੱਦਾ ਵੀ ਇਸ ਤਰ੍ਹਾਂ ਚੁੱਕਣਾ ਵਾਜਬ ਰਹੇਗਾ, ਜਾਂ ਤੁਹਾਨੂੰ ਲੱਗਦਾ ਕਿ ਉਹ ਮਸਲੇ ਦੇ ਉੱਤੇ ਹੁਣ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਉਹਨਾਂ ਦੇ ਮੰਤਰੀਆਂ ਦੇ ਵੀ ਬਿਆਨ ਇਸ ਬਾਰੇ ਆ ਚੁੱਕੇ ਨੇ ਪਹਿਲਾਂ ਹੀ? ਦੇਖੋ ਮੇਰਾ ਖਿਆਲ ਹੈ ਕਿ ਹਰੇਕ ਗੱਲ ਕਰਨ ਦਾ ਸਮਾਂ ਹੁੰਦਾ ਹੈ। ਕੱਲ੍ਹ ਉਹ ਸਾਡੇ ਗੈਸਟ ਦੇ ਰੂਪ ਵਿੱਚ ਆ ਰਹੇ ਨੇ, ਕੱਲ੍ਹ ਸਾਨੂੰ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਜਾਣੀ ਚਾਹੀਦੀ ਸਾਡੇ ਵੱਲੋਂ ਜਿਹਦੇ ਨਾਲ ਕੋਈ ਬਿਟਨੈਸ ਕ੍ਰੀਏਟ ਹੋਵੇ, ਜਾਂ ਜਿਹੜੀ ਪੁਰਾਣੇ ਸਮੇਂ ਵਿੱਚ ਕੋਈ ਬਿਟਨੈਸ ਕ੍ਰੀਏਟ ਹੋਈ ਸੀਗੀ ਉਹਨੂੰ ਫਿਰ ਬੜਾਵਾ ਮਿਲੇ। ਕੱਲ੍ਹ ਸਾਨੂੰ ਉਹਨੂੰ ਐਜ ਏ ਮਹਿਮਾਨ ਦੇ ਰੂਪ ਵਿੱਚ ਹੀ ਉਹਨਾਂ ਦਾ ਸਵਾਗਤ ਕਰਨਾ ਚਾਹੀਦਾ ਹੈ, ਜਿਸ ਤਰ੍ਹਾਂ ਕਿ ਹੋ ਰਿਹਾ। ਪੰਜਾਬ ਸਰਕਾਰ ਨੇ ਪੂਰੀ ਤਿਆਰੀ ਕੀਤੀ ਹੈ ਸਵਾਗਤ ਲਈ, SGPC ਨੇ ਸਵਾਗਤ ਲਈ ਤਿਆਰੀ ਕੀਤੀ ਹੈ, ਸ਼੍ਰੋਮਣੀ ਅਕਾਲੀ ਦਲ ਵੀ ਕਰ ਰਿਹਾ ਹੈ। ਸੋ ਮੈਨੂੰ ਲੱਗਦਾ ਕਿ ਕੱਲ੍ਹ ਜਿਹੜਾ ਸਾਡਾ ਕੱਲ੍ਹ ਦਾ ਮੌਕਾ ਨਹੀਂ ਕਿ ਅਸੀਂ ਕੋਈ ਉਹਨਾਂ ਨਾਲ ਅਜਿਹੀ ਗੱਲਬਾਤ ਕੀਤੀ ਕਰੀਏ। ਹਾਂ, ਹੋਰ ਬੜੇ ਮੌਕੇ ਹੁੰਦੇ ਨੇ ਜਿਹਨਾਂ ਮੌਕਿਆਂ 'ਤੇ ਇੰਨੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ, ਜਿਹੜੇ ਡਿਪਲੋਮੈਟਿਕ ਲੈਵਲ 'ਤੇ ਗੱਲਾਂ ਕੀਤੀਆਂ ਜਾ ਸਕਦੀਆਂ ਨੇ। ਮੇਰਾ ਖਿਆਲ ਹੈ ਕਿ ਸਾਡੇ ਉੱਥੇ ਭਾਰਤ ਦੇ ਆਲਰੇਡੀ ਡਿਪਲੋਮੈਟ ਹੈਗੇ ਨੇ, ਅਸੀਂ ਜੇ ਕੋਈ ਗੱਲ ਪਹੁੰਚਾਉਣੀ ਚਾਹੁੰਦੇ ਹਾਂ ਕੈਨੇਡਾ ਸਰਕਾਰ ਨੂੰ, ਤਾਂ ਅਸੀਂ ਇੱਕ ਥਰੂ ਪ੍ਰੋਪਰ ਚੈਨਲ ਬਣਿਆ ਹੋਇਆ, ਉਹ ਚੈਨਲ ਰਾਹੀਂ ਉੱਥੇ ਗੱਲ ਪਹੁੰਚਾਈ ਜਾ ਸਕਦੀ ਹੈ। ਇਸ ਦੇ ਬਾਵਜੂਦ ਕਿ ਅਸੀਂ ਇੱਥੇ ਉਹਨਾਂ ਨਾਲ ਕੋਈ ਕਾਨੂੰ ਅਜਿਹੀ ਗੱਲ ਕਰੀਏ ਜਿਹੜੀ ਨਾਲ ਕੋਈ ਕਾਨੂੰ ਬਿਟਨੈਸ ਮਿਲੇ। ਮੈਨੂੰ ਲੱਗਦਾ ਕਿ ਟਰੂਡੋ ਸਾਹਿਬ ਨੇ, ਮੈਂ ਤੁਹਾਨੂੰ ਥੋੜ੍ਹਾ ਜਿਹਾ ਪਿਛੋਕੜ ਵੀ ਦੱਸਣਾ ਚਾਹੁੰਦਾ, ਸ਼ਾਇਦ ਮੈਂ ਜ਼ਿਆਦਾ ਟਾਈਮ ਲੈ ਰਿਹਾ, ਦੂਸਰੇ ਜਿਹੜੇ ਆਪਣੇ ਹੈਗੇ ਨੇ ਪੈਨਲ ਦੇ ਮੈਂਬਰ ਉਹਨਾਂ ਨੇ ਵੀ ਬੋਲਣਾ ਹੈਗਾ। ਇਹ ਪਰਿਵਾਰ ਦੀ ਜਿਹੜੀ ਕੰਟਰੀਬਿਊਸ਼ਨ ਹੈਗੀ, ਖਾਸ ਕਰਕੇ ਇਮੀਗ੍ਰੈਂਟਸ ਪ੍ਰਤੀ, ਉਹ ਬਹੁਤ ਵੱਡੀ ਕੰਟਰੀਬਿਊਸ਼ਨ ਹੈਗੀ। ਜਿਹੜੇ ਇਹਨਾਂ ਦੇ ਫਾਦਰ ਸੀਗੇ ਪੀਰੇ ਟਰੂਡੋ, ਉਹ 1969 ਵਿੱਚ ਪ੍ਰਾਈਮ ਮਿਨਿਸਟਰ ਪਹਿਲਾਂ ਬਣੇ ਸੀਗੇ ਅਤੇ 1984 ਤੱਕ ਪ੍ਰਾਈਮ ਮਿਨਿਸਟਰ ਰਹੇ ਸੀਗੇ, ਥੋੜ੍ਹੀ ਦੇਰ ਲਈ ਉਹ ਪ੍ਰਾਈਮ ਮਿਨਿਸਟਰ ਮਤਲਬ ਹਟੇ ਸੀਗੇ। ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈਗੀ ਇਮੀਗ੍ਰੈਂਟਸ ਪ੍ਰਤੀ, ਉਹ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਮੇਰਾ ਖਿਆਲ ਦੁਨੀਆ ਵਿੱਚ ਉਸਦੀ ਕਿਤੇ ਵੀ ਮਿਸਾਲ ਨਹੀਂ ਬਣਦੀ। ਉਹਨਾਂ ਨੇ ਚਾਰਟਰ ਆਫ ਸਿਟੀਜ਼ਨ ਰਾਈਟਸ ਜਿਹੜਾ ਹੈਗਾ ਬਣਾਇਆ ਸੀਗਾ, ਉਹਦੇ ਨਾਲ ਜਿਹੜੇ ਉੱਥੇ ਗਏ ਸੀਗੇ ਇਮੀਗ੍ਰੈਂਟਸ, ਉਹਨਾਂ ਦੇ ਹਰ ਕਿਸਮ ਦੇ ਹੱਕ ਜਿਹੜੇ ਸੀਗੇ ਰਾਖਵੇਂ ਹੋਏ ਸੀਗੇ। ਉਹਨਾਂ ਦੇ ਨਾਲ ਪ੍ਰਤੀ ਜਿਹੜੀ ਹੇਟਰਡ ਸੀਗੀ, ਡਿਸਕ੍ਰੀਮੀਨੇਸ਼ਨ ਸੀਗੀ, ਉਹ ਜਿਹੜੀ ਉਹਨੂੰ ਹਟਾਇਆ ਗਿਆ ਸੀਗਾ। ਜਦੋਂ ਜਿਹੜਾ ਵੀ ਬੰਦਾ ਕੋਈ ਡਿਸਕ੍ਰੀਮੀਨੇਸ਼ਨ ਕਰਦਾ ਸੀਗਾ ਉਹਦੇ ਖਿਲਾਫ਼ ਐਕਸ਼ਨ ਲਿਆ ਜਾਂਦਾ ਸੀ, ਕਾਨੂੰਨ ਬਣ ਗਿਆ ਸੀ ਉੱਥੇ। ਉਸ ਤੋਂ ਬਾਅਦ ਹੀ ਜਿਹੜੇ ਕਿ ਪੰਜਾਬੀ ਹੈਗੇ ਉਹ ਸਿਆਸਤ ਵਿੱਚ ਉੱਥੇ ਉੱਭਰੇ ਨੇ, ਉਹ ਬਿਜ਼ਨਸ ਵਿੱਚ ਉੱਥੇ ਉੱਭਰੇ ਨੇ, ਉਹ ਹੋਰ ਸ਼ੋਭਿਆਂ ਵਿੱਚ ਉੱਭਰੇ ਨੇ। ਇਹ ਉਹਨਾਂ ਦੀ ਇਸ ਪਰਿਵਾਰ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਤਾਂ ਸਾਨੂੰ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਜੋ ਟਰੂਡੋ ਪਰਿਵਾਰ ਹੈਗਾ ਉਹਦਾ ਵਿਸ਼ੇਸ਼ ਸਥਾਨ ਹੈ ਪੰਜਾਬੀਆਂ ਲਈ, ਉਹਦਾ ਧਿਆਨ 'ਚ ਰੱਖਣਾ ਚਾਹੀਦਾ ਠੀਕ ਹੈ ਸਰ। ਗੁਰਪ੍ਰੀਤ ਜੀ, ਸਰ ਮੈਂ ਵੀ ਤੁਹਾਡੇ ਕੋਲ ਮੈਂ ਉਹੀ ਸਵਾਲ ਇੱਕ ਵਾਰ ਲੈਣਾ ਚਾਹੂੰਗਾ, ਜੇ ਜੋ ਮਸਲਾ ਇਹ ਉੱਠ ਰਿਹਾ, ਕਿਉਂਕਿ ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਜਦੋਂ ਹਰਜੀਤ ਸੱਜਣ ਨਾਲ ਮੁਲਾਕਾਤ ਤੋਂ ਇਨਕਾਰ ਕੀਤਾ ਸੀ, ਉਸ ਤੋਂ ਬਾਅਦ ਲੱਗ ਰਿਹਾ ਸੀ ਵੀ ਕਿਤੇ ਨਾ ਕਿਤੇ ਮੁਲਾਕਾਤ ਜਿਹੜੀ ਸੀ ਉਹ ਵੀ ਕਿਤੇ ਨਾ ਕਿਤੇ ਖਦਸ਼ਾ ਦੇ ਵਿੱਚ ਪਟਕਾਇਆ ਜਾ ਰਹੀ ਸੀ ਕਿ ਸ਼ਾਇਦ ਨਾ ਹੋਵੇ ਮੁਲਾਕਾਤ, ਪਰ ਹੁਣ ਸਮਾਂ ਮਿਲ ਗਿਆ। ਤੁਹਾਨੂੰ ਲੱਗਦਾ ਕਿ ਹੁਣ ਉਸ ਮਸਲੇ ਨੂੰ ਕਿਤੇ ਨਾ ਕਿਤੇ ਇੱਕ ਸਾਈਡ 'ਤੇ ਰੱਖ ਦੇਣਾ ਚਾਹੀਦਾ ਕਿ ਮੁੱਖ ਮੁੱਦੇ ਜੋ ਪੰਜਾਬ ਦੇ ਇਸ ਵੇਲੇ ਆਰਥਿਕਤਾ ਨੂੰ ਲੈ ਕੇ ਪੰਜਾਬ ਚੱਲ ਰਿਹਾ ਹੈ ਉਹਨਾਂ ਦੇ ਉੱਤੇ ਫੋਕਸ ਕਰਨਾ ਚਾਹੀਦਾ? ਬਿਲਕੁਲ ਕਰਨਾ ਚਾਹੀਦਾ ਜੀ। ਮੈਂ ਤੇ ਮੇਰੇ ਹਿਸਾਬ ਨਾਲ ਉਸ ਟਾਈਮ ਵੀ ਜਿਹੜੀ ਕੈਪਟਨ ਸਾਹਿਬ ਨੇ ਗੱਲ ਕੀਤੀ ਸੀਗੀ ਉਹ ਬਿਲਾ ਵਜ੍ਹਾ ਗੱਲ ਹੋਈ ਸੀਗੀ, ਉਹਦੇ ਕੋਈ ਮਤਲਬ ਨਹੀਂ ਸੀਗਾ। ਅਤੇ ਐਵੇਂ ਇੱਕ ਤਣਾਅ ਜਾਂ ਜਿੱਦਾਂ ਸਰਬਜੀਤ ਜੀ ਕਹਿ ਰਹੇ ਨੇ ਇੱਕ ਬਿਟਰਨੈਸ ਜੀ ਕ੍ਰੀਏਟ ਹੋ ਗਈ ਸੀਗੀ ਬਿਲਾ ਵਜ੍ਹਾ। ਸੋ ਹੁਣ ਮੈਂ ਬਹੁਤ ਇਸ ਚੀਜ਼ ਦਾ ਮੈਂ ਸੋ
रोस जता रहे ने जिहड़ी आपां नूं सामने नज़र आ रही है गल कि उन्हां नूं स्वागत किदां किया गया किहड़े लैवल दे उत्ते उन्हां दा स्वागत किया गया सेंट्रल सरकार वालों। बट मैं इस चीज़ से बड़ी खुशी मैनूं महसूस हुई है कि पंजाब सरकार ने उस चीज़ नूं ना देखदिआं होइआं अपने पास्यों पूरे अपने अपने जोर नाल उन्हां दा स्वागत करना चाहिआ है। तो मैं उम्मीद रखदा हाँ कि होर वो जिहड़ी पुरानी गल सीगी उहदे उत्ते बिल्कुल चर्चा नहीं होनी चाहिए क्योंकि वो एक एक्चुअली नॉन इशू नॉन इशू है। तो उस नॉन इशू दे उत्तों लैके अगर असी कोऑपरेशन का जिहड़ा मुद्दा हैगा कोऑपरेशन का जिहड़ा मुद्दा हैगा जिहड़ा आपां आपस विच जिहड़ा स्पेशली पंजाब ते कैनेडा दे विच हो सकता है क्योंकि पंजाबी उत्थे इन्ने सारे वसदे ने ते उस चीज़ नूं आपां लैके पॉजिटिव टॉक्स होनी चाहीदियां ने ना कि एक कोई नैगेटिव कोई भी मेरा ख्याल है एक भी उस चीज के उत्ते एक भी मतलब बिल्कुल दोहराने की जरूरत नहीं है। ठीक है और बहुत कुछ चीजा नहीं जैसे पंजाब गल कर सकता है पंजाब में इस तरीके की संभावना है नहीं। कमलप्रीत खैरा साहब एक तो सर मैं पंजाब दे विच ही फायदा है जी खैरा साहब एक तो मैं पंजाब नूं एज ए डेस्टिनेशन जेकर असी निवेश के तौर पर वेखिए उस नज़रिए मैं समझना चाहूँगा कि कैनेडा के लिए पंजाब डेस्टिनेशन किस तरीके का है निवेश के लिए तो दूजा जेकर हुण तक दे असी दोवां मुल्कां दे विचाले व्यापारक संबंधों की गल करिए भी तुहाडे कोलों समझना चाहवांगे कि इस वेले की कुछ स्थिति है। कुलविंदर जी जदों आपां इस सारी चीज़ का पड़चोल करते हैं तो कैनेडा दे विच जिहड़ा कोई मैं एक जिक्र लेके आना चाहूँगा जिहड़े परिवारक रिलेशन जिहड़े व्यापारक रिलेशनस ने खास करके कैनेडियन सरकार वालों उन्हां दे जिहड़े प्रधानमंत्री फैडरल गवर्नमेंट दे प्रमुख ने वो इत्थे आए ने सो एक स्पेसिफिक नहीं होएगा कि वो पंजाब दे विच ही किसी निवेश दे उपर प्रायोरिटी सैक्टर नूं लैके आउणगे। सो बतौर इंडिया नूं संपूर्ण एक इंडिया दे रूप दे विच देखा जाएगा। जदों असीं पंजाब दे लई स्पेसिफिकली देखते हैं तो पंजाब दे विच इस गल तो भी आपां परे नहीं हो सकते कि जिहड़ी पंजाबियां दी वसों है हिंदुस्तान दे कैनेडा दे अंदर वो ऑलमोस्ट अबाउट हाफ अ मिलियन तो ज़्यादा लोग उत्थे रहिंदे ने। कल्ले हाफ अ मिलियन लोग ने जिहड़े उत्थे वसदे ही नहीं उन्हां दीआं जिहड़ीआं तंदां ने वह भी पंजाब दे नाल जुड़ियां होईआं ने एज अ सैकेंड होम। इस दे नाल नाल जदों असीं ईयरली बेसिस ते कुछ नंबर्स की गल करिए तो ऑलमोस्ट अबाउट 100,000 स्टूडेंट्स ने जिहड़े इंटरनेशनल स्टूडेंट्स ने 1,00,000 के नेड़े वो हिंदुस्तान दे विचों कैनेडा जाते हैं जिन्हां दे विचों बहुता नंबर पंजाबी स्टूडेंट्स का होंदा है। इस दे नाल नाल इमीग्रेशन है जिहड़ी वो 50,000 तो उपर दे जिहड़े परमानेंट रेजिडेंट्स ने वो हर साल कैनेडा च मूव करते हैं। सो इन ये जिहड़े भी लोग उत्थे मूव करते हैं तो उन्हां दीआं जिहड़ीआं इत्थे जायदातां या उन्हां दे चलदे कम या उन्हां दे रिश्तेआं दीआं सांझां उह इत्थे रहिंदीआं ने सो जिहड़ी भी कमाई उह करदे ने तां उहदा कुछ ना कुछ हिस्सा किसी ना किसी रूप दे विच इनवैसटमेंट दे विच उह इत्थे आउंदा है। सो जदों इनवैसटमेंट सैक्टर्स नूं असीं हाईलाइट करिए जिहड़ा कि पंजाब नाल डायरैक्टली लिंकड होएगा टूरिज़म सैक्टर एक बहुत वड्डा सैक्टर है जिसनों एक डिवेलप कराया जा सकता है कल्चरल टाइज दे उपर जिहड़े सेंटर्स ने उसनों इस्टैबलिश कराया जा सकता है। एग्रीकल्चर सैक्टर जिस तरीके दे नाल एग्रीकल्चर सैक्टर कैनेडा दे विच वैल डिवेलप्ड है प्रोसैसिंग सैक्टर उन्हों का वैल डिवेलप्ड है वो इत्थे जिहड़ा हैगा बहुत बखूबी ढंग नाल टाइज दे विच गल कराया जा सकता है। कल्ला व्यापारक ही नहीं मैं कहूँगा जी कि जे आपां व्यापारक दे उपर रूपरेखा सारे इंडिया की अंडरसटैंड करिए 8 बिलियन का व्यापार है जिहड़ा डॉलरस का वो कैनेडा ते हिंदुस्तान दे विच आउंदा है आपस दे विच। सो कैनेडा 2010 तो ते हिंदुस्तान कोशिश कर रहे ने कि ट्रेड फ्री एग्रीमेंट है जिहड़ा उहनूं इंक डाउन कर लिया जाए पर वो अजे तक पूरा नहीं पहुँचा सिरे नहीं लग सकिया। सो ये दोवें देशों लई इंपॉर्टेंट होएगा कि इस फेरी का लाहा लैके फैडरल लैवल दे उपर जिहड़ा ये ट्रेड फ्री एग्रीमेंट है वो साइन अप होए। जिवें ही ट्रेड फ्री एग्रीमेंट साइन अप होएगा तो बहुत सारिया व्यापारक ऑप्शनज पंजाब लई भी ओपन होणगीआं। सो जिस दे नाल जिहड़े पंजाबी रहिंदे ने उह पिछे अपनियां इनवैसटमेंट्स ने जिहड़ियां उह इत्थे लिंक अप कर सकणगे जी। बिल्कुल ते इहदे नाल नाल मैं कुलविंदर जी एक मुद्दा होर भी इस दे विच ऐड करना चाहूँगा व्यापार तो परां हो के क्योंकि जिहड़ी माइग्रेशन है वह बहुत ज़्यादा ब्रेन ड्रेन कह लो या ह्यूमन रिसोर्सिज की कह लो कैनेडा दे विच जाके पंजाब तो वसदे ने तो उहदे जिहड़ी रेगुलेटरी अथॉरिटीज़ ने कैनेडा दे अंदर ये प्रोफेशन जिहड़े भी रीप्रजेंट करते ने इस इमीग्रेशन दे विच इमीग्रेशन कंसल्टेंट्स ने या लॉयर्स ने वो बहुत वैल डिफाइंड रेगुलेटेड प्रोफेशन है
ਜਿਹੜਾ ਕਿ ਕੰਜ਼ਿਊਮਰ ਪ੍ਰੋਟੈਕਸ਼ਨ ਨੂੰ ਅਹਿਮੀਅਤ ਦਿੰਦਾ। ਹਿੰਦੁਸਤਾਨ ਦੇ ਵਿੱਚ ਖਾਸਕਰ ਪੰਜਾਬ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟਸ ਨੇ ਉਹ ਰੈਗੂਲੇਟਡ ਪੰਜਾਬ ਸਰਕਾਰ ਵੱਲੋਂ ਤਾਂ ਹਨ, ਪਰ ਇਹ ਦੋਵੇਂ ਦੇਸ਼ ਪੰਜਾਬ ਦੇ ਨਾਲ ਸੰਬੰਧਿਤ ਕਿਸ ਤਰੀਕੇ ਨਾਲ ਇਸ ਰੈਗੂਲੇਸ਼ਨ ਨੂੰ ਆਪਸ ਦੇ ਵਿੱਚ ਇਸਟੈਬਲਿਸ਼ ਕਰ ਸਕਣਗੇ। ਸੋ ਇਸ ਦੇ ਵਿੱਚ ਵੀ ਇੱਕ ਨਿਗਾਹ ਹੋਏਗੀ ਕਿ ਕੈਪਟਨ ਸਾਹਿਬ ਕੀ ਇਹ ਮੁੱਦਾ ਉਸ ਦੇਸ਼ ਦੇ ਨਾਲ ਉਠਾਉਂਦੇ ਨੇ ਅਤੇ ਦੋਵੇਂ ਰੈਗੂਲੇਟਰਸ ਇੱਕ ਦੂਜੇ ਨਾਲ ਕੰਮ ਕਰ ਸਕਣ ਤਾਂ ਕਿ ਬਹੁਤ ਸਾਰੇ ਲੋਕਾਂ ਦਾ ਜਿਹੜਾ ਲੱਖਾਂ ਰੁਪਇਆ ਉਹ ਬਚ ਸਕੇ ਤਾਂ ਕਿਸੇ ਗਲਤ ਹੱਥਾਂ ਦੇ ਵਿੱਚ ਉਹ ਪੈਸਾ ਨਾ ਜਾਵੇ। ਨਵਾਬ ਹੀਰ ਸਰ, ਮੈਂ ਇਹ ਜਾਣਨਾ ਚਾਹੁੰਦਾ ਕਿ ਜਦੋਂ ਅਸੀਂ ਪੰਜਾਬੀਆਂ ਦੀ ਗੱਲ ਕਰਦੇ ਹਾਂ, ਵੱਡੀ ਗਿਣਤੀ ਕੈਨੇਡਾ ਦੇ ਵਿੱਚ ਹੈਗੀ ਹੈ, ਚੰਗੀ ਧਨ ਦੌਲਤ ਵਾਲੇ ਪੰਜਾਬੀ ਕੈਨੇਡਾ ਦੇ ਵਿੱਚ ਵਸਦੇ ਨੇ, ਪਰ ਜਦੋਂ ਅਸੀਂ ਪੰਜਾਬ ਦੇ ਵਿੱਚ ਨਿਵੇਸ਼ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਕਿਤੇ ਨਾ ਕਿਤੇ ਕਮੀ ਨਜ਼ਰ ਆਉਂਦੀ ਹੈ। ਤੁਸੀਂ ਕੀ ਵਜ੍ਹਾ ਮੰਨਦੇ ਹੋ ਕਿ ਹੁਣ ਤੱਕ ਜੋ ਇਸ ਤਰੀਕੇ ਦੀ ਸੰਭਾਵਨਾ ਪੰਜਾਬ ਦੇ ਵਿੱਚ ਕੀ ਉਹਨਾਂ ਨੂੰ ਨਜ਼ਰ ਨਹੀਂ ਆਉਂਦੀ ਸੀ, ਜਾਂ ਸਰਕਾਰਾਂ ਵਾਲੇ ਪਾਸਿਓਂ ਤੁਹਾਨੂੰ ਲੱਗਦਾ ਹੈ ਕਿ ਕਮੀ ਰਹੀ ਹੈ, ਜੋ ਪ੍ਰਵਾਸੀ ਜਿਹੜੇ ਨੇ ਇਸ ਤਰੀਕੇ ਪੰਜਾਬ 'ਚ ਉਹਨੇ ਵੱਡੇ ਪੱਧਰ 'ਤੇ ਉਹ ਨਿਵੇਸ਼ ਨਹੀਂ ਕਰ ਰਹੇ? ਇਹਦੇ 'ਚ ਦੋ ਤਿੰਨ ਕਮੀਆਂ ਰਹੀਆਂ। ਮੈਂ ਲਾਸਟ ਈਅਰ ਜਦੋਂ ਕੈਨੇਡਾ ਸੀਗਾ, ਅਸੀਂ ਓਨਟੈਰੀਓ ਸਰਕਾਰ ਦੇ ਨਾਲ ਕਾਫੀ ਰਫਤਾ ਜੋੜਿਆ ਸੀ, ਉਹਨਾਂ ਨਾਲ ਡਿਸਕਸ਼ਨ ਵੀ ਕੀਤੀ ਆ ਮਿਨਿਸਟਰੀਅਲ ਲੈਵਲ 'ਤੇ। ਉਹ ਕਾਫੀ ਪ੍ਰੋਜੈਕਟ ਪੰਜਾਬ ਨੂੰ ਦੇਣ ਨੂੰ ਤਿਆਰ ਨੇ, ਔਰ ਇੱਥੋਂ ਚੀਫ ਮਿਨਿਸਟਰ ਸਾਹਿਬ ਦੇ ਆਫਿਸ 'ਚੋਂ ਵੀ ਕੁਛ ਅਫੀਸ਼ੀਅਲਸ ਗਏ ਸਨ, ਉਹਨਾਂ ਨੂੰ ਮਿਲਾਇਆ ਵੀ ਉਹਨਾਂ ਦੇ ਨਾਲ, ਉਹਨਾਂ ਨਾਲ ਕੁਛ ਇੱਕ ਮੀਟਿੰਗਸ ਵੀ ਹੋਈਆਂ। ਪਰ ਜਿਹੜੇ ਮਿਨਿਸਟਰ ਉੱਥੇ ਨੇ ਸੀਨੀਅਰ ਲੈਵਲ 'ਤੇ ਨੇ, ਉਹਨਾਂ ਦਾ ਐਕਸਪੀਰੀਅੰਸ ਇਹ ਹੈ ਜੀ, ਕਹਿੰਦੇ ਜੀ ਪਾਸ 'ਚ ਅਸੀਂ ਕਈ ਵਾਰੀ ਪੰਜਾਬ 'ਚ ਆਏ ਹਾਂ ਤਾਂ ਇੱਕ ਦੋ ਦਿਨ ਮੀਟਿੰਗਸ ਹੁੰਦੀਆਂ, ਪ੍ਰੋਜੈਕਟ ਡਿਸਕਸ ਹੁੰਦੇ ਆ, ਉਦੋਂ ਬਾਅਦ 'ਚ ਉਹ ਭੇਜਿਆ ਜਾਂਦਾ ਕਿ ਉਦੋਂ ਬਾਅਦ 'ਚ ਠੰਡੇ ਪਾਸੇ 'ਚ ਪੈ ਜਾਂਦੇ ਆ। ਕੋਈ ਵਨ ਵਿੰਡੋ ਨਹੀਂ ਸਾਨੂੰ ਮਿਲਦੀ, ਕੋਈ ਵਨ ਪਰਸਨ ਟੂ ਟਾਕ ਟੂ, ਕੋਈ ਡਿਸੀਜ਼ਨ ਮੇਕਿੰਗ ਨਹੀਂ ਮਿਲਦੀ। ਤੋ ਇਸ ਵਾਰੀ ਉਮੀਦ ਸੀ ਕਿ ਕੈਪਟਨ ਸਾਹਿਬ, ਕਿਉਂਕਿ ਉਹ ਬੋਲਡ ਡਿਸੀਜ਼ਨ ਲੈ ਸਕਦੇ, ਫਾਸਟ ਡਿਸੀਜ਼ਨ ਲੈ ਸਕਦੇ ਆ, ਤੋ ਇਹਦੇ 'ਤੇ ਪਿੱਛੇ ਤਾਂ ਕੁਤਾਈ ਰਹੀ ਹੈ, ਬਟ ਆਈ ਐਮ ਸ਼ੋਰ ਕਿ ਹੁਣ ਦੁਬਾਰਾ ਇਹਨੂੰ ਰੀਇਗਨਾਈਟ ਕੀਤਾ ਜਾ ਸਕਦਾ, ਕਿਉਂਕਿ ਓਨਟੈਰੀਓ 'ਚ ਪੰਜਾਬੀ ਪਾਪੂਲੇਸ਼ਨ ਬਹੁਤ ਹੈ, ਔਰ ਓਨਟੈਰੀਓ ਗਵਰਨਮੈਂਟ ਇਜ਼ ਆਲ ਆਊਟ ਟੂ ਹੈਲਪ ਪੰਜਾਬ ਇਨ ਮੈਨੀ ਸਫੀਅਰ। ਉਹ ਤੋਂ ਇਲਾਵਾ ਜਿਹੜੇ ਕੁਛ ਇੱਕ ਪ੍ਰੋਜੈਕਟ, ਕੁਛ ਇੱਕ ਸੱਜਣ ਜਿਹੜੇ ਜਿਸ ਤਰ੍ਹਾਂ ਖਹਿਰਾ ਸਾਹਿਬ ਨੇ, ਬਿਜ਼ਨਸਮੈਨ ਨੇ, ਉਹ ਵੀ ਪੰਜਾਬ 'ਚ ਹੈਲਥ ਕੇਅਰ 'ਚ, ਐਜੂਕੇਸ਼ਨ 'ਚ ਪੈਸਾ ਲਾਉਣਾ ਚਾਹੁੰਦੇ ਆ, ਪਰ ਉਹਨਾਂ ਨੂੰ ਕੋਈ ਉਹੋ ਜਿਹੀ ਕਰਪਸ਼ਨ ਫਰੀ ਰਾਬਤਾ ਨਹੀਂ ਮਿਲਿਆ। ਤੇ ਜੇ ਉਹਨਾਂ ਨੂੰ ਮਿਲ ਜਾਂਦਾ, ਕਈ ਲੋਕਾਂ ਨੇ ਉੱਥੇ ਇਹ ਡਿਸਸੈਟਿਸਫੈਕਸ਼ਨ ਸ਼ੋ ਕੀਤੀ ਹੈ, ਤਾਂ ਮੈਨੂੰ ਉਮੀਦ ਹੈ ਕਿ ਹੁਣ ਕੁਛ ਇਹ ਚੀਜ਼ 'ਤੇ ਵੀ ਡਿਸਕਸ਼ਨ ਹੋਏਗੀ, ਔਰ ਇਹ 'ਤੇ ਕੁਛ ਬਿਲਕੁਲ ਇੱਕ ਸਿਸਟਮ ਜਿਹੜਾ ਉਹ ਜ਼ਰੂਰ ਤੈਅ ਹੋਣਾ ਚਾਹੀਦਾ, ਕਿਉਂਕਿ ਕਮੀ ਜਿਹੜੀ ਹੈ ਉਹ ਲਾਸਟ ਸਿਸਟਮ ਦੀ ਬਹੁਤ ਕਮੀ ਨਜ਼ਰ ਆਉਂਦੀ ਹੈ ਕਿ ਵਿਦੇਸ਼ ਤੋਂ ਜੇ ਕੋਈ ਇਨਵੈਸਟ ਕਰੇਗਾ ਪੰਜਾਬ 'ਚੋਂ ਕਿਹੜਾ ਸਿਸਟਮ ਹੋਏਗਾ, ਭ੍ਰਿਸ਼ਟਾਚਾਰ ਦੀ ਤੁਸੀਂ ਜ਼ਿਕਰ ਕੀਤੀ, ਉਹ ਵੀ ਇੱਕ ਵੱਡਾ ਮਸਲਾ ਰਿਹਾ ਹੈ। ਧਾਲੀਵਾਲ ਸਰ, ਮੈਂ ਤੁਹਾਡੇ ਕੋਲ ਵੀ ਇਹੀ ਸਵਾਲ ਮੈਂ ਇੱਕ ਵਾਰੀ ਜਾਣਨਾ ਚਾਹੁੰਦਾ ਕਿ ਪ੍ਰਵਾਸੀ ਪੰਜਾਬੀ ਸੰਮੇਲਨ ਹੁੰਦੇ ਨੇ ਪੰਜਾਬ ਦੇ ਵਿੱਚ ਵੱਡੇ ਵੱਡੇ ਪੱਧਰ ਦੇ ਉੱਤੇ, ਬਿਜ਼ਨਸ ਨੂੰ ਲੈ ਕੇ ਦਾਅਵਾ ਹੁੰਦਾ ਹੈ ਕਿ ਅਸੀਂ ਸਿੰਗਲ ਵਿੰਡੋ 'ਚ ਉਪਲਬਧ ਕਰਾ ਰਹੇ ਹਾਂ ਸਹੂਲਤਾਂ, ਫਿਰ ਕਮੀ ਕਿੱਥੇ ਹੈ ਪੰਜਾਬ ਦੇ ਵਿੱਚ? ਜੇ ਪ੍ਰਵਾਸੀ ਜਿਹੜੇ ਨੇ ਉਹ ਪੰਜਾਬ 'ਚ ਇਨਵੈਸਟ ਕਰਨਾ ਚਾਹੁੰਦੇ ਨੇ ਆਪਣੀ ਧਰਤੀ 'ਤੇ, ਉਹਨਾਂ ਨੂੰ ਮੁਸ਼ਕਲਾਂ ਫਿਰ ਕਿਉਂ ਇਸ ਤਰੀਕੇ ਪੇਸ਼ ਆ ਰਹੀਆਂ ਨੇ? ਉਹਦੇ ਕਈ ਕਾਰਨ ਨੇ, ਜਿਵੇਂ ਕਿ ਹੁਣ ਨਵਾਬ ਸਿੰਘ ਜੀ ਨੇ ਦੱਸਿਆ ਤੁਹਾਨੂੰ। ਮੇਰਾ ਖਿਆਲ ਹੈ ਕਿ ਅਸੀਂ ਹਾਲੇ ਗਰਾਊਂਡ ਜਿਹੜਾ ਇਸ ਵਾਸਤੇ ਪੂਰਾ ਤਿਆਰ ਨਹੀਂ ਕੀਤਾ ਹੈਗਾ। ਉਹ ਸਾਡੀਆਂ ਬਹੁਤ ਸਾਰੀਆਂ ਕਮੀਆਂ ਨੇ, ਸਾਡੀਆਂ ਸਟਰਕਚਰ 'ਚ ਕਮੀਆਂ ਨੇ, ਸਾਡੀ ਗਵਰਨੈਂਸ 'ਚ ਕਮੀਆਂ ਨੇ, ਸਾਡੇ ਸਿਸਟਮ 'ਚ ਕਮੀਆਂ ਹੈਗੀਆਂ ਨੇ। ਫਰਜ਼ ਕਰੋ ਕਿ ਅਸੀਂ ਹਮੇਸ਼ਾ ਕਹਿੰਦੇ ਹੈਗੇ ਹਾਂ ਕਿ ਯਕੀਨ ਹੈ ਸਾਡੇ ਇਨਵੈਸਟਰ ਆਉਣੇ ਚਾਹੀਦੇ ਨੇ। ਜਦੋਂ ਸਾਡੇ ਇਨਵੈਸਟਰ ਇੱਥੇ ਆਉਂਦੇ ਨੇ ਤਾਂ ਅਸੀਂ ਮਤਲਬ ਵੀ ਉਹਨੂੰ ਜਿਹੜੀ ਲੋੜੀਂਦੀ ਸਹੂਲਤ ਹੁੰਦੀ ਆ ਉਹ ਨਹੀਂ ਦਿੰਦੇ। ਫਰਜ਼ ਕਰੋ ਕਿ ਜਿਵੇਂ ਫਰਜ਼ ਗੁਜਰਾਤ ਹੈਗਾ, ਜਦੋਂ ਗੁਜਰਾਤ ਇਨਵੈਸਟਰ ਜਾਂਦਾ ਤਾਂ ਉੱਥੇ ਬਕਾਇਦਾ ਇੱਕ ਸੀਨੀਅਰ ਆਫਸਰ ਡਿਊਟੀ ਲੱਗਦੀ ਆ, ਉਹਨੂੰ ਕਿਹਾ ਜਾਂਦਾ ਕਿ ਤੁਸੀਂ ਕਿਹੜੇ ਥਾਂ 'ਤੇ ਫੈਕਟਰੀ ਲਾਉਣੀ ਪਸੰਦ ਕਰੋਗੇ। ਫਿਰ ਉੱਥੋਂ ਜਾ ਕੇ ਸਾਈਟ ਦਿਖਾਏ ਜਾਂਦੇ ਨੇ, ਜੋ ਕਹਿੰਦਾ ਕਿ ਮੈਨੂੰ ਆਹ ਸਾਈਟ ਪਸੰਦ ਹੈ, ਅਤੇ ਨਾਲ ਦੀ ਨਾਲ ਸਰਕਾਰ ਜਿਹੜੀ ਹੈਗੀ 5-7 ਦਿਨਾਂ ਦੇ ਅੰਦਰ ਇਹਦੀ ਜ਼ਮੀਨ ਅਕੁਆਇਰ ਕਰਕੇ ਸਾਰਾ ਕੁਛ ਕਰਕੇ ਉਹਨਾਂ ਲਈ ਮਤਲਬ ਗਰਾਊਂਡ ਤਿਆਰ ਕਰ ਦਿੰਦੀ ਹੈ ਕਿ ਤਾਂ ਕਿ ਉੱਥੇ ਉਹ ਇੰਡਸਟਰੀ ਲਾ ਸਕਣ। ਇਹੀ ਵਜ੍ਹਾ ਹੈਗੀ ਕਿ ਗੁਜਰਾਤ ਵਰਗੀਆਂ ਸਟੇਟਾਂ ਵਿੱਚ ਬਹੁਤ ਸਾਰੀ ਇੰਡਸਟਰੀ ਚਲੀ ਗਈ ਹੈ, ਪਰ ਸਾਡੇ ਇਸ ਤਰ੍ਹਾਂ ਦਾ ਕੋਈ ਹਾਲੇ ਮੇਰਾ ਖਿਆਲ ਹੈ ਕਿ ਸਿਸਟਮ ਨਹੀਂ ਬਣ ਸਕਿਆ। ਹਾਲਾਂਕਿ ਸਾਡੇ ਸਿਆਸਤਦਾਨ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਹਿ ਰਹੇ ਨੇ ਕਿ ਅਸੀਂ ਇਨਵੈਸਟਰ ਫਰੈਂਡਲੀ ਮਾਹੌਲ ਇੱਥੇ ਤਿਆਰ ਕਰਨਾ ਹੈਗਾ, ਪਰ ਪ੍ਰੈਕਟੀਕਲੀ ਨਹੀਂ ਹੋਇਆ ਉਹ। ਅਤੇ ਮੈਨੂੰ ਲੱਗਦਾ ਕਿ ਜਿੰਨਾ ਚਿਰ ਅਸੀਂ ਪ੍ਰੈਕਟੀਕਲੀ ਇਸ ਤਰ੍ਹਾਂ ਦਾ ਮਾਹੌਲ ਨਹੀਂ ਤਿਆਰ ਕਰਦੇ ਤਾਂ ਬਾਹਰੋਂ ਜਿਹੜਾ ਇਨਵੈਸਟਰ ਆਏਗਾ ਨਾ, ਉਹਨਾਂ ਦਾ ਬੜਾ ਖੂਨ ਪਸੀਨੇ ਦੀ ਕਮਾਈ ਹੈਗੀ। ਜਿਹੜੀ ਖੂਨ ਪਸੀਨੇ ਦੀ ਕਮਾਈ ਹੁੰਦੀ ਹੈ, ਉਹ ਬੰਦਾ ਬਹੁਤ ਸਾਰੇ ਚੀਜ਼ਾਂ ਦੇਖ ਕੇ, ਹਾਲਾਤ ਦੇਖ ਕੇ ਆਪਣੀ ਇਨਵੈਸਟਮੈਂਟ ਕਰੇਗਾ। ਜੇ ਉਹਨੂੰ ਲੱਗਿਆ ਕਿ ਜੇ ਮੇਰਾ ਮੈਂ ਇੱਥੇ ਪੈਸਾ ਜਿਹੜਾ ਲਾਇਆ ਉਹ ਡੁੱਬ ਸਕਦਾ ਹੈ,
ਜਾਂ ਮੈਨੂੰ ਹੋ ਸਕਦਾ ਆਉਣ ਵਾਲੇ ਸਮੇਂ 'ਚ ਫਾਇਦਾ ਨਾ ਹੋਵੇ ਤਾਂ ਉਹ ਪੈਸਾ ਇਨਵੈਸਟ ਨਹੀਂ ਕਰੇਗਾ। ਤਾਂ ਸਾਨੂੰ ਇੱਕ ਇਸ ਤਰ੍ਹਾਂ ਦਾ ਸੁਰੱਖਿਆ ਦਾ ਵਾਤਾਵਰਨ ਵੀ ਪੈਦਾ ਕਰੇਗਾ, ਪੈਦਾ ਕਰਨਾ ਪਏਗਾ ਇੰਡਸਟਰੀਅਲ ਸੈਕਟਰ ਵਿੱਚ ਖਾਸ ਕਰਕੇ, ਤਾਂ ਕਿ ਜਿਹੜਾ ਬੰਦਾ ਇੱਥੇ ਇਨਵੈਸਟਰ ਆਵੇ ਉਹ ਜਿਹੜੀ ਉਹਦੀ ਰਿਟਰਨ ਉਹਨੂੰ ਪ੍ਰੋਪਰ ਮਿਲੇ, ਉਹਨੂੰ ਸਾਰੀਆਂ ਸਹੂਲਤਾਂ ਮਿਲਣ, ਉਹਨੂੰ ਕਹਿੰਦੇ ਬਿਜਲੀ ਪ੍ਰੋਪਰ ਮਿਲੇ, ਉਹਨੂੰ ਕਹਿੰਦੇ ਮਤਲਬ ਕਹਿੰਦੇ ਪ੍ਰੋਪਰ ਸਾਈਟ ਮਿਲੇ, ਟਰਾਂਸਪੋਰਟੇਸ਼ਨ ਵਿੱਚ ਕੋਈ ਸਬਸਿਡੀ ਮਿਲੇ, ਤਾਂ ਹੀ ਅਸੀਂ ਆਪਣੀ ਇੰਡਸਟਰੀ ਪ੍ਰਮੋਟ ਕਰ ਸਕਦੇ ਹਾਂ। ਇਸ ਵੇਲੇ ਸਾਡੇ ਸਾਹਮਣੇ ਬਹੁਤ ਵੱਡਾ ਚੈਲੇਂਜ ਹੈਗਾ ਕਿ ਅਸੀਂ ਸਾਡੀ ਜਿਹੜੀ ਲੋਕ ਨੇ ਉਸ ਤਕਰੀਬਨ 50-55% ਖੇਤੀਬਾੜੀ 'ਤੇ ਨਿਰਭਰ ਨੇ। ਸਾਡੇ ਇਸ ਵੇਲੇ ਚੈਲੇਂਜ ਇਹ ਹੈਗਾ ਕਿ ਅਸੀਂ ਮੈਨੂਫੈਕਚਰਿੰਗ ਸੈਕਟਰ ਵਿੱਚ ਜਾਣਾ ਹੈਗਾ, ਪਰ ਸਾਡੀ ਇੰਡਸਟਰੀ ਆ ਨਹੀਂ ਰਹੀ ਕਿਉਂਕਿ ਅਸੀਂ ਲੈਂਡਲੌਕ ਸਟੇਟ ਹੈਗੇ ਹਾਂ। ਇਸ ਕਰਕੇ ਸਾਡੇ ਬਹੁਤ ਉਹੀ ਇਨਵੈਸਟਰ ਆ ਸਕਣਗੇ ਜਿਨ੍ਹਾਂ ਨੂੰ ਅਸੀਂ 100% ਗਰੰਟੀ ਕਰ ਸਕਾਂਗੇ ਕਰਾਂਗੇ ਕਿ ਤੁਹਾਡੀ ਜਿਹੜੀ ਇਨਵੈਸਟਮੈਂਟ ਆ ਉਹ ਵਿਅਰਥ ਨਹੀਂ ਜਾਏਗੀ, ਤੁਸੀਂ ਕੁਝ ਨਾ ਕੋਈ ਲਾਹਾ ਤੁਹਾਨੂੰ ਮਿਲੇਗਾ, ਕੁਛ ਨਾ ਕੁਛ ਖੱਟੋਗੇ। ਅਦਰਵਾਈਜ਼ ਇਨਵੈਸਟਰ ਜੇ ਉਹਨੂੰ ਪਤਾ ਲੱਗ ਜਾਂਦਾ ਵੀ ਮੈਨੂੰ ਘਾਟਾ ਪਏਗਾ ਇਸ ਸਟੇਟ ਵਿੱਚ ਜਾ ਕੇ, ਉਹ ਕਦੇ ਵੀ 1 ਰੁਪਇਆ ਵੀ ਇੱਥੇ ਨਹੀਂ ਲਾਏਗਾ। ਤਾਂ ਉਹਦੇ ਲਈ ਸਾਨੂੰ ਵਾਤਾਵਰਨ ਪੈਦਾ ਕਰਨਾ ਪੈਣਾ। ਮੇਰਾ ਖਿਆਲ ਹੈ ਕਿ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਜਿਹੜੇ ਹੈਗੇ ਨੇ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਇਹ ਅਸ਼ੋਰੈਂਸ ਜ਼ਰੂਰ ਦੇਣਗੇ ਕਹਿੰਦਾ ਟਰੂਡੋ ਸਰਕਾਰ ਨੂੰ, ਕਿਉਂਕਿ ਉਹਨਾਂ ਨਾਲ ਬਹੁਤ ਸਾਰੇ ਮੰਤਰੀ ਵੀ ਆਏ ਨੇ, ਕਿ ਅਸੀਂ ਜੇ ਕੋਈ ਇਨਵੈਸਟਰ ਉੱਥੋਂ ਆਉਣੇ ਚਾਹੁੰਦੇ ਨੇ, ਖਾਸ ਕਰਕੇ ਜੇ NRI ਭਰਾ ਆਉਣੇ ਚਾਹੁੰਦੇ ਨੇ ਇੱਥੇ ਇਨਵੈਸਟਮੈਂਟ ਕਰਨੀ ਚਾਹੁੰਦੇ ਨੇ, ਤਾਂ ਅਸੀਂ ਉਹਨਾਂ ਨੂੰ ਜਿਹੜੀਆਂ ਲੋੜੀਆਂ ਸਹੂਲਤਾਂ ਦੇਵਾਂਗੇ। ਬਿਲਕੁਲ ਖੈਰਾ ਸਾਹਿਬ, ਜਿਹੜੇ ਸਮਾਗਮ ਹੋਏ ਸੀਗੇ ਬਿਜ਼ਨਸਮੈਨ ਦੇ ਤੌਰ ਤੇ, ਸਰ ਮੈਂ ਤੁਹਾਡੇ ਕੋਲ ਸਮਝਣਾ ਚਾਹੁੰਦਾ ਕਿ ਕਿਹਨੇ ਕਰਾਏ ਸੀਗੇ? ਜੀ ਜੀ, ਉਹਨਾਂ ਦਾ ਕੋਈ ਜੀ ਸਰ ਹਾਂ ਤੁਸੀਂ ਸਰ ਗੱਲ ਪੂਰੀ ਕਰ ਲਿਓ ਆਪਣੀ। ਉਹਨਾਂ ਦਾ ਕੋਈ ਬਹੁਤਾ ਫਾਇਦਾ ਨਹੀਂ ਹੋ ਸਕਿਆ, ਉਹ ਇੱਕ ਤਰ੍ਹਾਂ ਦਾ ਇੱਕ ਮੇਲਾ ਜਾ ਬਣ ਕੇ ਹੀ ਰਹਿ ਗਏ ਸੀਗੇ। ਸਾਨੂੰ ਸੀਰੀਅਸ ਹੋਣਾ ਪਏਗਾ ਸਾਰੀਆਂ ਗੱਲਾਂ ਲਈ। ਛੋਟੇ ਛੋਟੇ ਡੈਲੀਗੇਸ਼ਨ ਸਾਨੂੰ ਇੱਥੋਂ ਭੇਜਣੇ ਚਾਹੀਦੇ ਨੇ, ਛੋਟੇ ਛੋਟੇ ਡੈਲੀਗੇਸ਼ਨ ਉੱਧਰ ਆਉਣੇ ਚਾਹੀਦੇ ਨੇ ਬਿਜ਼ਨਸਮੈਨਾਂ ਦੇ, ਤਾਂ ਕਿ ਆਪਸ 'ਚ ਇੰਟਰੈਕਸ਼ਨ ਹੋਣਾ ਚਾਹੀਦਾ, ਕਿਸ ਤਰ੍ਹਾਂ ਦਾ ਸਹਿਯੋਗ ਹੋ ਸਕਦਾ, ਕਿਸ ਤਰ੍ਹਾਂ ਦੀ ਇਨਵੈਸਟਮੈਂਟ ਹੋ ਸਕਦੀ ਹੈ, ਇਹ ਦੇਖਣਾ ਪਏਗਾ। ਬਿਲਕੁਲ, ਉਹ ਪ੍ਰਵਾਸੀ ਸੰਮੇਲਨਾਂ ਨੂੰ ਲੈ ਕੇ ਸਵਾਲ ਇਹ ਉੱਠਦਾ ਰਿਹਾ ਕਿ ਗੰਭੀਰਤਾ ਕਿਤੇ ਨਾ ਕਿਤੇ ਘੱਟ ਨਜ਼ਰ ਆਉਂਦੀ ਸੀ ਉਹਨਾਂ ਦੇ ਵਿੱਚ, ਤਾਂ ਹੀ ਕੋਈ ਆਊਟਪੁੱਟ ਵੀ ਬਹੁਤੀ ਨਜ਼ਰ ਨਹੀਂ ਸੀ ਆਉਂਦੀ। ਖੈਰਾ ਸਾਹਿਬ, ਇੱਕ ਬਿਜ਼ਨਸਮੈਨ ਦੇ ਤੌਰ 'ਤੇ ਮੈਂ ਬਿਲਕੁਲ ਥੋੜ੍ਹਾ ਜਿਹਾ ਐਡ ਕਰਦਿਆਂ, ਉਹ ਜੀ ਜੀ ਉਹ ਸਿਆਸੀ ਰੰਗ ਲੈ ਗਈ ਸਾਡੇ ਵਿੱਚ, ਉਹ ਇੱਕ ਤਰ੍ਹਾਂ ਨਾਲ ਜੁੜ ਗਏ ਸਨ, ਉਹਨਾਂ ਦਾ ਮਕਸਦ ਹੀ ਬਦਲ ਗਿਆ ਸੀਗਾ। ਸਿਆਸਤ ਦੀ ਬਜਾਏ ਸਾਨੂੰ ਸੋਚਣਾ ਇਹ ਚਾਹੀਦਾ ਕਿ ਅਸੀਂ ਆਪਣੇ ਸਟੇਟ ਨੂੰ ਅੱਗੇ ਕਿਵੇਂ ਲਿਜਾ ਸਕਦੇ ਹਾਂ। ਬਿਲਕੁਲ ਖੈਰਾ ਸਾਹਿਬ, ਇੱਕ ਬਿਜ਼ਨਸਮੈਨ ਦੇ ਤੌਰ ਦੇ ਉੱਤੇ ਮੈਂ ਪੰਜਾਬ ਦੇ ਸੰਦਰਭ 'ਚ ਤੁਹਾਡੇ ਕੋਲ ਸਮਝਣਾ ਚਾਹੁੰਦਾ ਕਿ ਕਿਸ ਤਰੀਕੇ ਦੀ ਸਥਿਤੀ ਤੁਸੀਂ ਵੇਖਦੇ ਹੋ, ਕਿਉਂਕਿ ਪੰਜਾਬ 'ਚ ਹਾਲਾਂਕਿ ਦਾਅਵਾ ਕੀਤਾ ਜਾਂਦਾ ਹੈ ਕਿ ਇਨਫਰਾਸਟ੍ਰਕਚਰ ਦੇ ਤੌਰ 'ਤੇ ਪੰਜਾਬ ਮੋਹਰੀ ਸੂਬਿਆਂ 'ਚ ਹੈਗਾ, ਇਸ ਵੇਲੇ ਚੰਗਾ ਇਨਫਰਾਸਟ੍ਰਕਚਰ ਪੰਜਾਬ 'ਚ ਹੈ, ਕਮੀਆਂ ਤੁਹਾਨੂੰ ਕੀ ਨਜ਼ਰ ਆਉਂਦੀਆਂ ਨੇ ਇੱਕ ਬਿਜ਼ਨਸਮੈਨ ਦੇ ਤੌਰ 'ਤੇ, ਕਿ ਜਦੋਂ ਤੁਸੀਂ ਪੰਜਾਬ 'ਚ ਨਿਵੇਸ਼ ਕਰਨ ਆਉਂਦੇ ਹੋ ਤਾਂ ਆ ਜਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਮੁੱਖ ਪੱਧਰ ਦੇ ਉੱਤੇ ਤੁਸੀਂ ਜਿਨ੍ਹਾਂ ਦਾ ਸਾਹਮਣਾ ਕਰ ਰਹੇ ਹੋ ਅਤੇ ਜਿਨ੍ਹਾਂ ਦਾ ਤੁਸੀਂ ਚਾਹੁੰਦੇ ਹੋ ਕਿ ਹੱਲ ਹੋਣਾ ਚਾਹੀਦਾ ਪੱਕੇ ਤੌਰ 'ਤੇ? ਦੇਖੋ ਕੁਲਵਿੰਦਰ ਜੀ, ਜਿੱਦਾਂ ਧਾਰੀਵਾਲ ਸਾਹਿਬ ਨੇ ਅਤੇ ਬ੍ਰਿਗੇਡੀਅਰ ਸਾਹਿਬ ਨੇ ਬਹੁਤ ਬਖੂਬੀ ਚੰਗੇ ਢੰਗ ਦੇ ਨਾਲ ਐਕਸਪਲੇਨ ਕਰਿਆ, ਪ੍ਰੈਕਟੀਕਲ ਪ੍ਰੋਬਲਮਸ ਐਜ਼ ਅ ਬਿਜ਼ਨਸ ਪਰਸਨ ਇਹੀ ਆਉਂਦੀਆਂ ਨੇ ਜਦੋਂ ਅਸੀਂ ਇਸ ਪੰਜਾਬ ਸੂਬੇ ਦੇ ਵਿੱਚ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ। ਤਾਂ ਇੱਥੇ ਜਿਹੜਾ ਵਾਤਾਵਰਨ ਹੈ, ਜਿਸ ਤਰੀਕੇ ਦਾ ਇਨਵਾਇਰਮੈਂਟ ਅਸੀਂ ਕੈਨੇਡਾ ਦੇ ਵਿੱਚ ਯੂਜ਼ ਟੂ ਹਾਂ ਬਿਜ਼ਨਸ ਨੂੰ ਰਨ ਕਰਨ ਦੇ, ਉਹ ਸਾਨੂੰ ਇੱਥੇ ਮਿਲਦਾ ਨਹੀਂ ਹੈ। ਨੋ ਡਾਊਟ ਪਿਛਲੀਆਂ ਸਰਕਾਰਾਂ, ਬਾਦਲ ਸਾਹਿਬ ਦੀ ਸਰਕਾਰ ਨੇ ਵੀ ਪੰਜਾਬ ਇਨਵੈਸਟਮੈਂਟ ਬਿਊਰੋ ਦੀ ਜਿਹੜੀ ਹੈ ਮੇਰੇ ਖਿਆਲ ਹੈ ਹੋਂਦ ਰੱਖੀ ਸੀ, ਅਤੇ ਪਰ ਉਹ ਵੀ ਕੋਈ ਬਹੁਤੇ ਤਰੀਕੇ ਦੇ ਨਾਲ ਪ੍ਰਫੁੱਲਿਤ ਹੋ ਨਹੀਂ ਸਕਿਆ। ਸੋ ਇਹ ਚੀਜ਼ ਐਕਸਪੈਕਟ ਕਰੀ ਜਾ ਰਹੀ ਹੈ ਕਿ ਕੈਪਟਨ ਸਾਹਿਬ ਜੇ ਇਸ ਨੂੰ ਕੰਟੀਨਿਊ ਕਰਨਗੇ ਇਸ ਡਿਪਾਰਟਮੈਂਟ ਨੂੰ, ਤਾਂ ਉਹ ਡਿਪਾਰਟਮੈਂਟ ਅਗਰੈਸਿਵਲੀ ਰੋਲ ਹੈ ਜਿਹੜਾ ਪਲੇ ਕਰੇਗਾ, ਜਿਸ ਦੇ ਵਿੱਚ ਅਸੀਂ ਸਿੰਗਲ ਵਿੰਡੋ ਕਲੀਅਰੈਂਸ ਨੂੰ ਦੀ ਅਹਿਮੀਅਤ ਹੈ ਜਿਹੜੀ ਉਹ ਹੋਏਗੀ ਜੀ। ਸੋ ਇਹਦੇ ਨਾਲ ਨਾਲ ਜਿਹੜਾ ਬਿਜ਼ਨਸ ਇਨਵਾਇਰਮੈਂਟ ਹੈ ਉਸ ਦੇ ਵਿੱਚ ਤੁਹਾਨੂੰ ਇਨਵੈਸਟਰ ਨੂੰ ਬਹੁਤ ਭਰੋਸੇ 'ਚ ਲੈ ਕੇ ਆਉਣਾ ਪੈਂਦਾ, ਜਿਹੜਾ ਕਿ ਸਰਕਾਰ ਭਰੋਸਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਿਲਵਾਏਗੀ, ਜਿਸ ਦੇ ਵਿੱਚ ਕੋਈ ਰੈੱਡ ਟੇਪਿਜ਼ਮ ਹੈ, ਚਾਹੇ ਉਹ ਕਿਸੇ ਕਿਸਮ ਦੀ ਕੋਈ ਯੂ ਨੋ ਸਟੇਟ ਫਾਰਵਰਡ ਆਨਸਰਸ ਨੇ ਜਿਹੜੇ, ਜਾਂ ਬੈਂਕਿੰਗ ਸੈਕਟਰ ਵੱਲੋਂ ਸਪੋਰਟ ਹੈ, ਅਤੇ ਜਾਂ ਸਟੇਟ ਲੈਵਲ ਦੇ ਵਿੱਚ ਜਿਹੜੀ ਮਸ਼ੀਨਰੀ ਹੈ ਉਹ ਗਰਾਊਂਡ ਜ਼ੀਰੋ 'ਤੇ ਇਸ ਤਰੀਕੇ ਦੇ ਨਾਲ ਐਕਟੀਵੇਟ ਹੋਵੇ ਕਿ ਉਹਨਾਂ ਦੀਆਂ ਬਾਹਾਂ ਇਸ ਤਰੀਕੇ ਨਾਲ ਫੜੀਆਂ ਜਾਣ ਕਿ ਉਹਨਾਂ ਨੂੰ ਪੂਰਾ ਸਹਾਇ ਰੂਪ ਦੇ ਵਿੱਚ ਇੱਕ ਇਸਟੈਬਲਿਸ਼ ਕਰਨ ਤੋਂ ਬਾਅਦ ਜਿਹੜਾ ਹੈਗਾ ਕੰਟੀਨਿਊਸਲੀ ਸਪੋਰਟ ਹੈ ਜਿਹੜੀ ਉਹ ਦਿੱਤੀ ਜਾ ਸਕੇ। ਸੋ ਜਿਹੜੇ ਸੈਕਟਰ ਦੀ ਅਸੀਂ ਗੱਲ ਕਰੀਏ, ਚਾਹੇ ਇੱਥੇ ਕੰਸਟਰਕਸ਼ਨ ਸੈਕਟਰ ਸੀ, ਜਾਂ ਹੈਲਥ ਕੇਅਰ ਸੈਕਟਰ ਹੈ, ਜਾਂ ਇਸ ਦੇ ਨਾਲ ਨਾਲ ਐਗਰੀਕਲਚਰ ਸੈਕਟਰ ਹੈ, ਬਹੁਤ ਸਾਰੇ ਜਿਹੜੇ ਕੈਨੇਡੀਅਨ ਕੰਪਨੀਜ਼ ਨੇ ਉਹਨਾਂ ਨੇ ਪਿਛਲੇ ਸਮਿਆਂ 'ਚ ਕੋਸ਼ਿਸ਼ ਕਰੀ ਹੈ ਕਿ ਆਪਣੇ ਆਪ ਨੂੰ ਇੱਥੇ ਇਸਟੈਬਲਿਸ਼ ਕਰ ਸਕਣ, ਪਰ ਅਗੇਨ ਬਹੁਤਾ ਫੇਲੀਅਰ ਇਸੇ ਗਰਾਊਂਡਸ 'ਤੇ ਆਇਆ ਕਿ ਜਿਹੜਾ ਇਨਵਾਇਰਮੈਂਟ ਹੈ ਉਹ ਕੈਨੇਡੀਅਨ ਸਟੈਂਡਰਡਸ ਦਾ ਇਨਵਾਇਰਮੈਂਟ ਨਹੀਂ ਮਿਲਦਾ। ਸੋ ਇਸ ਦੇ ਵਿੱਚ ਮੈਂ ਜ਼ਿਕਰ ਕਰੂੰਗਾ, ਫੋਰ ਐਗਜ਼ਾਮਪਲ ਐਗਰੀਕਲਚਰ ਸੈਕਟਰ ਦੇ ਵਿੱਚ ਜੇ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਦੇਖੀਏ ਤਾਂ ਐਗਰੀਕਲਚਰ ਸੈਕਟਰ ਦੇ ਵਿੱਚ, ਕਿਉਂਕਿ ਮਦਰ ਨੇਚਰ ਦੇ ਉੱਪਰ ਬਹੁਤ ਕੁਝ ਡਿਪੈਂਡੈਂਟ ਹੁੰਦਾ, ਤਾਂ ਇੰਸ਼ੋਰੈਂਸ ਸੈਕਟਰ ਹੈ ਜਿਹੜਾ, ਹਾਲਾਂਕਿ ਉਹ ਫੈਡਰਲ ਗਵਰਨਮੈਂਟ ਦਾ ਪ੍ਰਿਵਿਊ ਹੈ, ਪਰ ਪੰਜਾਬ ਦੇ ਵਿੱਚ ਉਸਦਾ ਕੋਈ ਇੰਸ਼ੋਰੈਂਸ ਸਪੋਰਟ ਸਿਸਟਮ ਹੈ ਜਿਹੜਾ ਉਹ ਐਗਜ਼ਿਸਟ ਹੀ ਨਹੀਂ ਕਰਦਾ। ਜੇ ਐਗਜ਼ਿਸਟ ਕਰ
ਤਾਂ ਬਿਲਕੁਲ ਉਹਦੀ ਬੈਕਅਪ ਹੈ ਜਿਹੜੀ ਉਹ ਗਵਰਨਮੈਂਟ ਵੱਲੋਂ ਪਾਰਟੀਸਪੇਟ ਕਰਕੇ ਇੰਸ਼ੋਰੈਂਸ ਸੈਕਟਰ ਨੂੰ ਐਕਟੀਵੇਟ ਕਰਿਆ ਜਾਂਦਾ। ਸੋ ਇਸ 'ਤੇ ਬਹੁਤ ਸਾਰੇ ਐਗਜ਼ਾਮਪਲਸ ਨੇ, ਚਾਹੇ ਉਹ ਗ੍ਰੇਨ ਫਾਰਮਿੰਗ ਹੈ, ਚਾਹੇ ਉਹ ਹਾਰਟੀਕਲਚਰ ਹੈ। ਸੋ ਉਸ ਦੇ ਨਾਲ ਨਾਲ ਤਾਂ ਕਿ ਕਿਸਾਨ ਦਾ ਨੁਕਸਾਨ ਹੈ ਜਿਹੜਾ ਹੋਣ ਨਹੀਂ ਦਿੱਤਾ ਜਾਂਦਾ। ਸੋ ਹੋਰ ਵੀ ਸੈਕਟਰਸ ਨੇ ਜਿਹੜੇ, ਸੋ ਉੱਥੇ ਸਰਕਾਰ ਨੂੰ ਇੱਕ ਪਹਿਲਕਦਮੀ ਅਤੇ ਇੱਕ ਪੋਲਿਸੀ ਸਟ੍ਰੇਟ ਫਾਰਵਰਡਨੈਸ ਦੇ ਨਾਲ ਲੈ ਕੇ ਆਉਣੀ ਪਏਗੀ। ਤਾਂ ਇਹ ਇੱਕ ਬਹੁਤ ਮੈਂ ਕਹੂੰਗਾ ਇੰਪੋਰਟੈਂਟ ਪੁਆਇੰਟ ਹੈ ਕਿ ਪੰਜਾਬੀਆਂ ਨੂੰ ਪੰਜਾਬ ਨੂੰ ਵੇਚਣ ਦੀ ਜ਼ਰੂਰਤ ਨਹੀਂ ਪੈਣੀ। ਪੰਜਾਬ ਆਲਰੇਡੀ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਵੱਸਦਾ ਜੋ ਕੈਨੇਡਾ ਦੇ ਵਿੱਚ ਰਹਿੰਦੇ ਨੇ, ਅਤੇ ਉਹਨਾਂ ਦੇ ਕੋਲ ਪੈਸੇ ਦੀ ਵੀ ਸਮਰੱਥਾ ਹੈ। ਤਾਂ ਸਿਰਫ ਇੱਕ ਸਿਸਟਮ ਨੂੰ ਚੈਨਲਾਈਜ਼ ਕਰਨ ਦੀ ਲੋੜ ਹੈ, ਅਤੇ ਇਨਵੈਸਟਮੈਂਟ ਮੈਂ ਕਹੂੰਗਾ ਕਿ ਦਰਿਆ ਦੇ ਰੂਪ ਦੇ ਵਿੱਚ ਪੰਜਾਬ 'ਚ ਆ ਸਕਦੀ। ਬਿਲਕੁਲ ਗੁਰਭੇਜ ਜੀ, ਸਰ ਕੀ ਇਹ ਸੰਭਾਵਨਾ ਤੁਸੀਂ ਲਾ ਦੇ ਕਿ ਇਸ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਇਹ ਭਰੋਸਾ ਦੇ ਸਕਣਗੇ ਜਸਟਿਨ ਟਰੂਡੋ ਨੂੰ ਕਿ ਅਸੀਂ ਉਸ ਤਰੀਕੇ ਦਾ ਮਾਹੌਲ ਪੈਦਾ ਕਰਾਂਗੇ ਜਾਂ ਪੰਜਾਬੀਆਂ ਦੇ ਵਿੱਚ ਇਸ ਤਰੀਕੇ ਦਾ ਮੈਸੇਜ ਉਹ ਭੇਜਣਗੇ? ਨਾਲ ਦੀ ਨਾਲ ਮੈਂ ਇੱਕ ਹੋਰ ਸਵਾਲ ਵੀ ਜੋੜ ਦੇਵਾਂ ਤੁਹਾਡੇ ਸਾਰਿਆਂ ਤੋਂ, ਮੈਂ ਜਾਣਨਾ ਚਾਹੂੰਗਾ ਕਿ ਜਿਸ ਤਰੀਕੇ ਨਾਲ ਉਹਨਾਂ ਦਾ ਵੈਲਕਮ ਕੀਤਾ ਗਿਆ ਉਹਨੂੰ ਲੈ ਕੇ ਹੁਣ ਸਵਾਲ ਉੱਠਣ ਲੱਗੇ ਨੇ ਟਰੂਡੋ ਦਾ ਕਿ ਪ੍ਰਧਾਨ ਮੰਤਰੀ ਉੱਥੇ ਨਹੀਂ ਪਹੁੰਚੇ, ਇਸ ਤੋਂ ਪਹਿਲਾਂ ਜਿਹੜੇ ਜਿੰਨੇ ਵੀ ਵੱਡੇ ਲੀਡਰ ਆਏ ਸੀ ਉਹਨਾਂ ਨੂੰ ਉਹਨਾਂ ਖੁਦ ਜਾ ਕੇ ਰਿਸੀਵ ਕੀਤਾ, ਉਹਨੂੰ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ? ਗੁਰਪ੍ਰੀਤ ਜੀ, ਸਭ ਤੋਂ ਪਹਿਲਾਂ ਸਵਾਲ ਇਹ ਜੋ ਅਸੀਂ ਨਿਵੇਸ਼ ਬਾਰੇ ਗੱਲ ਕਰ ਰਹੇ ਸੀ ਉਹਦੇ ਬਾਰੇ। ਮੈਂ ਤਾਂ ਇਹ ਕਹਿੰਦਾ ਕਿ ਵੀ ਹਰ ਇੱਕ ਦੇਖੋ, ਇਸ ਤੋਂ ਪਹਿਲਾਂ ਵੀ ਜਿਹੜੇ ਮੁੱਖ ਮੰਤਰੀ ਸੀਗੇ ਪੰਜਾਬ ਦੇ, ਉਹਨਾਂ ਨੇ ਵੀ ਆਸ਼ਵਾਸਨ ਦਵਾਇਆ ਜਿਹੜੇ NRI ਸਾਡੇ ਨੇ ਕਿ ਵੀ ਤੁਸੀਂ ਆ ਕੇ ਇੱਥੇ ਇੰਡਸਟਰੀ ਲਾਓ। ਕੈਪਟਨ ਸਾਹਿਬ ਵੀ ਮੇਰੇ ਹਿਸਾਬ ਨਾਲ ਇਹ ਵੀ ਆਸ਼ਵਾਸਨ ਜ਼ਰੂਰ ਦਵਾਉਣਗੇ ਕੱਲ੍ਹ ਕਿ ਵੀ ਅਸੀਂ ਇੱਥੇ ਪੰਜਾਬ ਤੁਹਾਡੀ ਧਰਤੀ ਹੈ, ਜਿੱਦਾਂ ਮੇਰੇ ਵੀਰ ਕਹਿ ਰਹੇ ਨੇ ਕਿ ਦੇਖੋ ਪੰਜਾਬੀਆਂ ਨੂੰ ਪੰਜਾਬ ਦੇ ਨਾਲ ਲਗਾ ਤਾਂ ਹੈਗਾ। ਹੁਣ ਇਹ ਸੋਚਣ ਵਾਲੀ ਗੱਲ ਹੈਗਾ ਕਿ ਵੀ ਕਿਉਂ ਇਹਨਾਂ ਬੰਦਿਆਂ ਨੇ ਇੱਥੇ ਆ ਕੇ ਆਪਣੀ ਇਨਵੈਸਟਮੈਂਟ ਨਹੀਂ ਲਗਾਈ, ਇੰਨਾ ਟਾਈਮ ਬੀਤ ਗਿਆ। ਸਿਰਫ ਕਿਉਂਕਿ ਮਾਹੌਲ ਇੱਥੇ ਜਿਹੜਾ ਸੀਗਾ ਉਹ ਉਹਨਾਂ ਦੇ ਮੁਤਾਬਕ ਉਸ ਠੀਕ ਨਹੀਂ ਸੀਗਾ। ਆਪਾਂ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਹਾਂ, ਕਰਪਸ਼ਨ ਦੀ ਗੱਲ ਕਰਦੇ ਹਾਂ, ਉਹ ਇੱਥੇ ਕਾਫੀ ਹੱਦ ਤੱਕ ਪ੍ਰਫੁੱਲਿਤ ਸੀ। ਹੁਣ ਉਹਦੇ 'ਤੇ ਕਿੰਨਾ ਢੱਲ ਪਾਇਆ ਜਾ ਸਕਦਾ ਹੈ, ਕਿੰਨਾ ਢੱਲ ਪਾਉਣਗੇ, ਇਹ ਤਾਂ ਗਵਰਨੈਂਸ ਦੇ ਉੱਤੇ ਡਿਪੈਂਡ ਹੈ। ਜੇ ਗਵਰਨੈਂਸ ਠੀਕ ਹੋਏਗੀ ਅਤੇ ਜਿੱਦਾਂ ਮੇਰੇ ਵੀਰ ਨੇ ਗੱਲ ਕੀਤੀ ਹੈ ਕਿ ਵੀ ਇੱਥੇ ਇਨਵੈਸਟਮੈਂਟ ਦੇ ਦਰਿਆ ਲੱਗ ਜਾਣਗੇ, ਕਿਉਂਕਿ ਪੰਜਾਬੀਆਂ ਨੂੰ ਅੱਜ ਦੀ ਡੇਟ ਦੇ ਵਿੱਚ ਰੱਬ ਦੀ ਮਿਹਰ ਨਾਲ ਬਥੇਰਾ ਉਹਨਾਂ ਨੇ ਹਾਸਿਲ ਕਰ ਲਿਆ ਬਾਹਰ ਜਾ ਕੇ ਜਿਹੜੇ ਆਪਣੇ ਡਾਇਸਪੋਰਾ ਦੇ ਵਿੱਚ, ਉਹ ਇੱਥੇ ਇਨਵੈਸਟ ਕਰਨਾ ਚਾਹੁੰਦੇ ਨੇ। ਬਟ ਸਿਰਫ ਮਾਹੌਲ ਕ੍ਰੀਏਟ ਕਰਨ ਦੀ ਲੋੜ ਹੈ, ਗੁੱਡ ਗਵਰਨੈਂਸ ਦੇਣ ਦੀ ਲੋੜ ਹੈ, ਉਹਨਾਂ ਨੂੰ ਆਸ਼ਵਾਸਨ ਦੇਣ ਦੀ ਲੋੜ ਹੈ ਕਿ ਵੀ ਇੱਥੇ ਤੁਹਾਨੂੰ ਕੋਈ ਤਕਲੀਫ ਨਹੀਂ ਵਾਪਰੇਗੀ, ਤੁਸੀਂ ਇੱਥੇ ਆਓ, ਇੰਡਸਟਰੀ ਲਾਓ, ਤੁਹਾਡੀ ਪੂਰੀ ਸਹੂਲਤ, ਸਰਕਾਰ ਤੁਹਾਡੇ ਪਿੱਛੇ ਖੜੀ ਹੈ। ਬਟ ਇਹ ਗੱਲਾਂ ਦੇ ਨਾਲ ਨਹੀਂ ਗੱਲ ਚੱਲਦੀ, ਜਿਹਨੂੰ ਕਹਿੰਦੇ ਨੇ ਇਹ ਯੂ ਹੈਵ ਟੂ ਵਾਕ ਦ ਟਾਕ। ਸੋ ਇਹ ਜਿਹੜੀ ਗੱਲ ਤੁਸੀਂ ਕਹੋਗੇ ਉਹਨੂੰ ਤੁਹਾਨੂੰ ਦਿਖਾਉਣਾ ਵੀ ਪਏਗਾ ਕਿ ਭਾਈ ਅਸੀਂ ਵਾਕਈ ਇਸ ਚੀਜ਼ ਦੇ ਉੱਤੇ ਸੀਰੀਅਸ ਹੈਗੇ। ਦੂਜੀ ਗੱਲ ਜਿਹੜੀ ਗੱਲ ਤੁਸੀਂ ਕੀਤੀ ਹੈ ਉਹਦਾ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਕਿ ਜਿਹੜੀ ਪ੍ਰਾਈਮ ਮਿਨਿਸਟਰ ਟਰੂਡੋ ਨੂੰ ਜਿਹੜੀ ਵੈਲਕਮ ਦਿੱਤੀ ਗਈ ਹੈ ਭਾਰਤ ਸਰਕਾਰ ਕੰਨਿਓ, ਮੈਂ ਸਮਝਦਾ ਇੱਕ ਬਹੁਤ ਸ਼ਰਮਨਾਕ ਚੀਜ਼ ਉਹਨਾਂ ਨੇ ਪੇਸ਼ ਕੀਤੀ ਹੈ। ਕਿਉਂ ਕੀਤੀ ਹੈ ਮੈਨੂੰ ਨਹੀਂ ਪਤਾ, ਇਹ ਪਿੱਛੇ ਆਊਟਲੁੱਕ ਦੇ ਵਿੱਚ ਵੀ ਉਹ ਸ਼ੇਖਰ ਗੁਪਤਾ ਨੇ ਆਰਟੀਕਲ ਕੱਢਤਾ। ਮੇਰੇ ਹਿਸਾਬ ਨਾਲ ਇਹ ਜਿਹੜਾ ਸਿੱਖੀ ਫੋਬੀਆ ਵਾਲਾ ਜਿਹੜਾ ਕੰਮ ਹੈਗਾ ਨਾ, ਕਿ ਇੱਕ ਨੋਨ ਇਸ਼ੂ ਨੂੰ ਇਹਨਾਂ ਨੇ ਪਤਾ ਨਹੀਂ ਪੋਲੀਟੀਕਲ ਰੀਜ਼ਨ ਲਈ ਜਾਂ ਕਿਸ ਰੀਜ਼ਨ ਲਈ ਇਹਨਾਂ ਨੇ ਉਭਾਰ ਕੇ ਰੱਖਿਆ ਹੋਇਆ, ਅਤੇ ਉਸ ਕਾਰਨ ਹੀ ਇਹਨਾਂ ਨੇ ਇੱਕ ਇਹਦਾ ਵਧੀਆ ਇੱਕ ਇਨਸਾਨ ਜਿਹੜਾ ਹੈਗਾ ਮੈਂ ਗਿਣਦਾ। ਕਿਉਂਕਿ ਜਸਟਿਨ ਟਰੂਡੋ ਜਿੱਦਾਂ ਸਰਬਜੀਤ ਨੇ ਵੀ ਗੱਲ ਕੀਤੀ ਹੈ ਕਿ ਇਹਦੀ ਫੈਮਿਲੀ ਨੇ ਕੀ ਕੁਛ ਕੀਤਾ ਹੈ ਉੱਥੇ ਲੋਕਾਂ ਨੂੰ ਇੱਕ ਆਸ਼ਵਾਸਨ ਦਿਵਾਉਣ ਲਈ ਅਤੇ ਕਿੱਦਾਂ ਉਹਨਾਂ ਨੂੰ ਨਾਲ ਲੈਣ ਲਈ, ਉਹ ਐਕਚੁਅਲੀ ਜਿਹੜਾ ਸੈਕੂਲਰਿਜ਼ਮ ਹੈ ਉੱਥੇ ਪ੍ਰੈਕਟਿਸ ਹੁੰਦਾ ਹੈ। ਸੈਕੂਲਰਿਜ਼ਮ ਭਾਰਤ ਦੇ ਵਿੱਚ ਪ੍ਰੈਕਟਿਸ ਹੁੰਦਾ ਹੈ ਕਿ ਜੀ ਅਸੀਂ ਇਸ ਕਮਿਊਨਿਟੀ ਨੂੰ ਟੋਲਰੇਟ ਕਰਦੇ ਹਾਂ, ਅਸੀਂ ਇਹਨਾਂ ਨੂੰ ਟੋਲਰੇਟ ਕਰਦੇ ਹਾਂ। ਉੱਥੇ ਕੋ ਐਗਜ਼ਿਸਟੈਂਸ ਵਾਲੀ ਗੱਲ ਹੈਗੀ ਜਿਹੜੀ ਸਿੱਖ ਸਿਧਾਂਤ ਨਾਲ ਬਿਲਕੁਲ ਮੇਲਜੋਲ ਖਾਂਦੀ ਹੈ, ਉੱਥੇ ਹਰ ਇੱਕ ਨੂੰ ਨਾਲ ਲੈ ਕੇ ਤੁਰਨ ਦੀ ਗੱਲ ਹੈ। ਸੋ ਇਹ ਚੀਜ਼ ਇਹ ਕੈਨੇਡਾ ਉੱਥੇ ਇਹ ਕੈਨੇਡਾ ਇਹ ਜਿਹੜੀ ਕੈਨੇਡੀਅਨ ਸਰਕਾਰ ਹੈ ਪ੍ਰਾਈਮ ਮਿਨਿਸਟਰ ਟਰੂਡੋ ਦੇ ਹੇਠਾਂ ਇਸ ਚੀਜ਼ ਨੂੰ ਐਕਚੁਅਲੀ ਐਗਜ਼ਿਬਿਟ ਕਰਦੀ ਹੈ, ਮਲਟੀਕਲਚਰਲਿਜ਼ਮ ਨੂੰ ਐਗਜ਼ਿਬਿਟ ਕਰਦੀ ਹੈ, ਕੋ ਐਗਜ਼ਿਸਟੈਂਸ ਨੂੰ ਐਗਜ਼ਿਬਿਟ ਕਰਦੀ ਹੈ। ਹੁਣ ਇਹ ਜਿਹੜੀ ਚੀਜ਼ਾਂ ਨੇ, ਹੁਣ ਅਗਰ ਇਸ ਚੀਜ਼ ਦੇ ਉੱਤੇ ਭਾਰਤ ਸਰਕਾਰ ਨੂੰ ਕੋਈ ਦੁੱਖ ਹੈ ਤਾਂ ਮੈਂ ਸਮਝਦਾ ਇਹ ਬਹੁਤ ਮਾੜੀ ਗੱਲ ਹੈ। ਇੱਕ ਤੁਸੀਂ ਇੱਕ ਲੋਅ ਲੈਵਲ ਮੰਤਰੀ ਨੂੰ ਤੁਸੀਂ ਭੇਜੋ, ਇੱਕ ਇਹੋ ਜਿਹੇ, ਮੈਂ ਤਾਂ ਕਹਿੰਦਾ ਇਹ ਇਨਸਾਨ ਹੀ ਬੜਾ ਵਧੀਆ ਹੈ ਜਿਹਨੇ ਅੱਜ ਦੀ ਡੇਟ ਦੇ ਵਿੱਚ ਜਿੱਥੇ ਦੁਨੀਆ ਦੇ ਵਿੱਚ ਅਸ ਅਤੇ ਨੋਟ ਅਸ ਵਾਲੀ ਜਿਹੜੀ ਪ੍ਰਥਾ ਚੱਲ ਪਈ ਹੈ ਇਹਨੇ ਉਸ ਬੈਰੀਅਰ ਨੂੰ ਕੱਟਿਆ, ਅਤੇ ਇਹਨੇ ਕਿਹਾ ਕਿ ਵੀ ਹਰ ਇੱਕ ਬੰਦਾ ਜਿਹੜਾ ਹੈਗਾ ਇਹ ਹਰ ਇੱਕ ਬੰਦਾ ਹਰ ਇੱਕ ਲੇਡੀ ਇਹ ਰੱਬ ਦੇ ਬਣਾਏ ਹੋਏ ਨੇ, ਇਹਨਾਂ ਨੂੰ ਗਲਵਕੜੀ 'ਚ ਲਓ, ਇਹਨਾਂ ਨੂੰ ਨਾਲ ਲਓ, ਇਹਨਾਂ ਦੇ ਨਾਲ ਤੁਰੋ, ਇਹਨਾਂ ਦੇ ਨਾਲ ਸਾਡੀ ਸਟਰੈਂਥ ਹੈ। ਠੀਕ ਹੈ, ਇਹ ਗੱਲ ਇਹ ਕਰਦਾ ਹੈ। ਅਤੇ ਅਗਰ ਇਸ ਚੀਜ਼ ਦੇ ਉੱਤੇ ਅਗਰ ਭਾਰਤ ਸਰਕਾਰ ਨੂੰ ਕੋਈ ਪ੍ਰੋਬਲਮ ਹੈ ਤਾਂ ਮੈਂ ਸਮਝਦਾ ਕਿ ਭਾਰਤ ਸਰਕਾਰ ਹੀ ਇਸ ਦੇ ਵਿੱਚ
ਆਪਣੇ ਆਪ ਨੂੰ ਨੀਵਾਂ ਸ਼ੋਅ ਕਰਦੀ ਹੈ, ਨਾ ਕਿ ਜਸਟਿਨ ਟਰੂਡੋ। ਠੀਕ ਹੈ, ਨਵਾਬ ਹੀਰ, ਤੁਸੀਂ ਇਸ ਵੈਲਕਮ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ? ਤੁਹਾਨੂੰ ਲੱਗਦਾ ਕਿ ਕਮੀ ਰਹੀ ਹੈ ਕਿਤੇ, ਜਾਂ ਤੁਹਾਨੂੰ ਲੱਗਦਾ ਕਿ ਜੋ ਖਾਲਿਸਤਾਨ ਦੀ ਵਾਰ ਵਾਰ ਚਰਚਾ ਹੁੰਦੀ ਹੈ ਕਿ ਜਿਹੜੀ ਟਰੂਡੋ ਦੀ ਪੋਲਿਸੀ ਹੈ ਰੈਡੀਕਲ ਸਿੱਖਾਂ ਨੂੰ ਲੈ ਕੇ, ਉੱਥੇ ਉਹ ਕਿਤੇ ਨਾ ਕਿਤੇ ਨਰਮ ਰਵੱਈਆ ਵਰਤਦੇ ਨੇ, ਉਹਦਾ ਕਿਤੇ ਨਾ ਕਿਤੇ ਤੁਹਾਨੂੰ ਅਸਰ ਨਜ਼ਰ ਆਉਂਦਾ ਇਹਦੇ ਵਿੱਚ? ਇਹ 'ਚ ਮੈਂ ਦੋ ਤਿੰਨ ਪੁਆਇੰਟ ਮੈਂਸ਼ਨ ਕਰਨਾ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਸਮਝ ਨਹੀਂ ਆਈ ਕਿ ਕਿਉਂ ਹੋਇਆ ਜੀ। ਉਹਦੇ ਇੱਕ ਦੋ ਕਾਰਨ ਹੋ ਸਕਦੇ ਆ, ਉਹ ਮੈਂ ਡਿਸਕਸ ਕਰਦਾ ਹਾਂ। ਕਿਉਂਕਿ ਜਿਹੜਾ ਪ੍ਰਾਈਮ ਮਿਨਿਸਟਰ ਇੱਕ ਦਿਨ ਇਜ਼ਰਾਈਲੀ ਦੇ ਪ੍ਰਾਈਮ ਮਿਨਿਸਟਰ ਨੂੰ ਵੈਲਕਮ ਕਰਕੇ ਉਹਦੇ ਨਾਲ ਦੋ ਦਿਨ ਰਿਹਾ ਹੋਵੇ, ਔਰ ਉਹਨਾਂ ਦੇ ਦੁਸ਼ਮਣ ਦੇ ਪੈਲਸਟੀਨੀਅਨ ਜਾ ਕੇ ਵਿਜ਼ਿਟ ਕਰੇ, ਉਹ ਡਿਪਲੋਮੈਟਿਕ ਕਿੱਡਾ ਸਟਰੋਂਗ ਪ੍ਰਾਈਮ ਮਿਨਿਸਟਰ ਹੋਏਗਾ? ਉਹਦੇ ਕੋਲੋਂ ਇਹ ਐਕਸਪੈਕਟ ਕਰਨਾ ਕਿ ਇਸ ਵੇਲੇ ਭੁੱਲ ਹੋਈ ਹੈ, ਇਹ ਜ਼ਿਆਦਾ ਸਟਾਫ ਲੈਵਲ 'ਤੇ ਹੋਈ ਹੈ ਜਾਂ ਕਿਤੇ ਨਾ ਕਿਤੇ ਇਹ 'ਤੇ ਭੁੱਲ ਜ਼ਰੂਰ ਹੋਈ ਹੈ। ਥੋੜ੍ਹੀ ਜਿਹੀ ਗਲਤੀ ਕੈਨੇਡਾ ਦੀ ਸਰਕਾਰ ਤੋਂ ਵੀ ਹੋਈ ਹੈ ਕਿ ਇਹਨਾਂ ਦਾ ਪ੍ਰੋਗਰਾਮ ਇੰਨਾ ਵਧੀਆ ਨਹੀਂ ਲਿਖਿਆ ਜਿੰਨਾ ਕਿ ਹੋਣਾ ਚਾਹੀਦਾ ਸੀ, ਕਿ ਪ੍ਰਾਈਮ ਮਿਨਿਸਟਰ ਨਾਲ ਮੀਟਿੰਗ ਪਹਿਲੇ ਜਾਂ ਦੂਜੇ ਦਿਨ ਹੋ ਜਾਣੀ ਚਾਹੀਦੀ ਸੀ। ਦੈਟ ਨੋਟ ਵਿਦ ਸਟੈਂਡਿੰਗ, ਮੇਰੇ ਹਿਸਾਬ ਦੇ ਨਾਲ ਇੱਕ ਦੋ ਇਹਦੇ ਕਾਰਨ ਹੋ ਸਕਦੇ ਆ। ਇੱਕ ਤਾਂ ਮੇਜਰ ਕਾਰਨ ਇਹੀ ਹੈ ਕਿ ਇੱਕ ਕਾਰਨ ਤਾਂ ਇਹ ਹੈ ਕਿ ਬੀਜੇਪੀ ਜਿਹੜੀ ਐਜ਼ ਆ ਪਾਰਟੀ ਉਹ ਕੈਨੇਡਾ 'ਚ ਪੀ ਸੀ ਪਾਰਟੀ ਨੂੰ ਜ਼ਿਆਦਾ ਸਪੋਰਟ ਕਰਦੀ ਹੈ ਕਿਉਂਕਿ ਰਾਈਟ ਵਿੰਗਰ ਨੇ, ਪਰ ਇਹ ਐਡੀ ਵੱਡੀ ਗੱਲ ਨਹੀਂ ਹੋਣੀ ਚਾਹੀਦੀ ਸੀ ਕਿ ਇਸ ਲੈਵਲ 'ਤੇ ਉਭਰੇ। ਦੂਸਰਾ ਹੈ ਜਿਹੜੀ ਤੁਸੀਂ ਕਿਹਾ ਕਿ ਕੁਛ ਇੱਕ ਐਲੀਮੈਂਟਸ ਨੇ ਜਿਨ੍ਹਾਂ ਨੂੰ ਰੈਡੀਕਲ ਐਲੀਮੈਂਟ ਕਿਹਾ ਜਾਂਦਾ ਇੱਥੇ ਇੰਡੀਆ 'ਚ, ਇਹ 'ਤੇ ਮੈਂ ਥੋੜ੍ਹਾ ਜਿਹਾ ਟਾਈਮ ਲੈਣਾ ਚਾਹੁੰਦਾ ਇੱਕ ਦੋ ਮਿੰਟ, ਕਿ ਕੈਨੇਡਾ ਦੀ ਜਿਹੜੀ ਗਵਰਨਮੈਂਟ ਹੈ ਜਾਂ ਕੈਨੇਡਾ ਦਾ ਜਿਹੜਾ ਸਿਸਟਮ ਹੈ, ਉੱਥੇ ਕੈਨੇਡਾ ਦਾ ਜਿਹੜਾ ਕੌਨਸਟੀਟਿਊਸ਼ਨਲ ਚਾਰਟਰ ਆਫ ਰਾਈਟ ਹੈ ਉਹ 'ਚ ਜਿਹੜੀ ਫਰੀਡਮ ਆਫ ਸਪੀਚ ਹੈ ਉਹ ਟੌਪ ਮੋਸਟ ਹੈ, ਔਰ ਫਰੀਡਮ ਆਫ ਸਪੀਚ ਨੂੰ ਪ੍ਰੋਟੈਕਟ ਕਰਦਾ ਉਹਨਾਂ ਦਾ ਲੀਗਲ ਸਿਸਟਮ, ਔਰ ਕੋਈ ਵੀ ਪੋਲੀਟੀਸ਼ੀਅਨ ਉੱਥੋਂ ਦਾ ਲੀਗਲ ਸਿਸਟਮ ਦੇ ਨਾਲ ਥੋੜ੍ਹਾ ਜਿਹਾ ਵੀ ਟੈਂਪਰ ਕਰਨਾ ਸ਼ੁਰੂ ਕਰੇ ਤਾਂ ਉਹਨੂੰ ਆਪਣਾ ਜੌਬ ਲੂਜ਼ ਕਰਨਾ ਪੈਣਾ। ਤੋ ਦੇਰ ਫੋਰ ਜਿਹਨੂੰ ਤੁਸੀਂ ਕਹਿ ਰਹੇ ਹੋ, ਤੁਸੀਂ ਵੀ ਵਰਡ ਯੂਜ਼ ਕੀਤਾ ਰੈਡੀਕਲ ਐਲੀਮੈਂਟ, ਐਕਚੁਲੀ ਉੱਥੋਂ ਦੀ ਡੈਫੀਨੇਸ਼ਨ 'ਚ ਇਹ ਹੈ ਇਟ ਇਜ਼ ਅ ਫਰੀਡਮ ਆਫ ਸਪੀਚ। ਰੈਡੀਕਲ ਐਲੀਮੈਂਟ ਉਦੋਂ ਹੁੰਦਾ ਜਦੋਂ ਕੋਈ ਇਹੋ ਜਿਹਾ ਐਕਸ਼ਨ ਕਰਦਾ, ਤੁਸੀਂ ਸਿਰਫ ਨਾਰੇ ਲਾਉਂਦੇ ਹੋ, ਉਹ ਵੀ 5 ਤੋਂ 10% ਜਿਹਨਾਂ ਨੇ ਨਾਰੇ ਲਾਏ ਹੈ, ਜੇ ਉਹਨੇ ਐਡੀ ਵੱਡੀ ਵੈਜ ਪਾ ਦਿੱਤੀ ਹੈ ਕੈਨੇਡਾ ਔਰ ਇੰਡੀਆ ਦੇ ਵਿੱਚ, ਮੇਰਾ ਖਿਆਲ ਉਹ ਸਕਸੀਡ ਹੋ ਗਏ ਨੇ, ਅਸੀਂ ਉਹਨਾਂ ਦੇ ਹੈਂਡ 'ਚ ਪਲੇ ਕਰ ਗਏ ਹਾਂ। ਰਾਦਰ ਦੈਨ ਉਹਦੇ ਨਾਲ ਉਹ ਉਲਟਾ ਕਰਨਾ ਚਾਹੀਦਾ ਸੀਗਾ, ਵੈਲਕਮ ਹੋਣਾ ਚਾਹੀਦਾ ਸੀ। ਇੱਕ ਹੋਰ ਪੁਆਇੰਟ ਮੈਂ ਦੇਣਾ ਚਾਹੁੰਦਾ ਕਿ ਜਿਹੜੇ ਸਪੋਰਟਰਸ ਵੀ ਨੇ ਮੋਦੀ ਸਾਹਿਬ ਦੇ ਜਾਂ ਬੀਜੇਪੀ ਦੇ, ਉਹ ਵੀ ਅੱਜ ਕਹਿ ਰਹੇ ਨੇ ਕਿ ਬਹੁਤ ਵੱਡੀ ਗਲਤੀ ਹੋਈ ਹੈ, ਜਸਟਿਨ ਟਰੂਡੋ ਨੂੰ ਜਦੋਂ ਇੰਨਾ ਅੱਛਾ ਵੈਲਕਮ ਨਹੀਂ ਮਿਲਿਆ, ਉਹ ਕੋਈ ਆਪਸ਼ਨ ਸੀਗੀ ਕਿ ਦੂਸਰੇ ਦਿਨ ਪਲੇਨ ਫੜ ਕੇ ਵਾਪਸ ਵੀ ਜਾ ਸਕਦਾ ਸੀ, ਪਰ ਦੇਖੋ ਉਹਨੇ ਬੱਚੇ ਦਾ ਦਿਲ ਜਿੱਤ ਲਿਆ ਕਿ ਕਿਵੇਂ ਉਹਨੇ ਆਪਣੇ ਹਰੇਕ ਨੂੰ ਪਿਆਰ ਦਿਖਾਇਆ ਜਾਂ ਆਪਣੀ ਓਨੈਸਟੀ ਡਿਸਪਲੇ ਕੀਤੀ ਹੈ, ਕੋਈ ਉਹਨੂੰ ਫਰਕ ਨਹੀਂ ਪਿਆ। ਹੁਣ ਦੇਖੋ ਪਰਮਾਤਮਾ ਵੱਲੋਂ ਹੁਣ ਪੰਜਾਬ 'ਚ ਉਹਨੂੰ ਬਹੁਤ ਵੱਡਾ ਵੈਲਕਮ ਹੋ ਰਿਹਾ। ਆਈ ਥਿੰਕ ਦਿਸ ਮੀਟਿੰਗ ਵਿਲ ਐਂਡ ਇਨ ਅ ਵੈਰੀ ਗੁੱਡ ਨੋਟ। ਨਹੀਂ ਬਿਲਕੁਲ, ਉਹ ਸਰ ਉਸ ਗੱਲ ਨੂੰ ਲੈ ਕੇ ਚਰਚਾ ਹੁੰਦੀ ਵੀ ਹੈ ਕਿ ਉੱਥੋਂ ਦੇ ਜਿਹੜੇ ਮੰਤਰੀ ਨੇ ਜਾਂ ਜਿਹੜੇ MP ਨੇ ਕਿੰਨੀ ਸਧਾਰਨਤਾ ਦੇ ਵਿੱਚ ਉਹ ਵਿਚਰਦੇ ਨੇ ਆਪਣੇ ਲੋਕਾਂ ਦੇ ਵਿੱਚ, ਉਹ ਇਸ ਤਰੀਕੇ ਦੀ ਸ਼ਾਇਦ ਡਰਾਮੇਬਾਜ਼ੀ ਦੇ ਵਿੱਚ ਸ਼ਾਇਦ ਉਹ ਯਕੀਨ ਵੀ ਲੋਕ ਨਹੀਂ ਰੱਖਦੇ। ਧਾਲੀਵਾਲ ਸਾਹਿਬ, ਮੈਂ ਸਰ ਤੁਹਾਡੇ ਕੋਲ ਸਮਝਣਾ ਚਾਹੁੰਦਾ ਕਿ ਜਿਵੇਂ ਕਿ ਨਵਾਬ ਸਾਹਿਬ ਨੇ ਕਿਹਾ ਕਿ ਇਹ ਕੁਛ ਇੱਕ ਐਲੀਮੈਂਟ ਜਿਨ੍ਹਾਂ ਨੂੰ ਅਸੀਂ ਗੱਲ ਕਰਦੇ ਹਾਂ ਰੈਡੀਕਲ, ਜੋ ਉੱਥੇ ਨਾਰੇਬਾਜ਼ੀ ਫਰੀਡਮ ਆਫ ਸਪੀਚ ਦੇ ਨਾਲ ਉੱਥੇ ਕਿਹਾ ਜਾਂਦਾ ਹੈ, ਪਰ ਜਿਸ ਤਰੀਕੇ ਨਾਲ ਪਿਛਲੇ ਸਮੇਂ 'ਚ ਟਰੂਡੋ ਸਾਹਿਬ ਕੁਝ ਪ੍ਰੋਗਰਾਮਾਂ 'ਚ ਵੀ ਗਏ, ਉਹਨਾਂ ਦਾ ਜ਼ਿਕਰ ਆਉਂਦਾ ਸੀ ਕਿ ਅਪ੍ਰੈਲ ਦੇ ਵਿੱਚ ਜੋ ਵਿਸਾਖੀ ਦਾ ਪ੍ਰੋਗਰਾਮ ਕਰਵਾਇਆ ਗਿਆ ਸੀ, ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਉੱਥੇ ਲੱਗੀਆਂ ਹੋਈਆਂ ਸੀ, ਉਸ ਪ੍ਰੋਗਰਾਮ ਦੇ ਵਿੱਚ ਉਹ ਸ਼ਿਰਕਤ ਕਰਦੇ ਨੇ। ਇਸ ਤੋਂ ਇਲਾਵਾ ਜਿਹੜੀ ਉਹਨਾਂ ਦੀ ਪਾਰਲੀਮੈਂਟ ਹੈ ਉਹ ਸਿੱਖ ਨਸਲਕੁਸ਼ੀ ਨੂੰ ਨਸਲਕੁਸ਼ੀ ਦੇ ਤੌਰ ਦੇ ਉੱਤੇ ਉਹ ਮਾਨਤਾ ਦਿੰਦੇ ਨੇ, ਉਸਨੂੰ ਜੈਨੋਸਾਈਡ ਦੇ ਤੌਰ 'ਤੇ ਉਹ ਪਾਸ ਕਰਦੇ ਨੇ। ਤੁਹਾਨੂੂੰ ਲੱਗਦਾ ਤੁਸੀਂ ਇਹਨਾਂ ਚੀਜ਼ਾਂ ਨੂੰ ਵੇਖਦੇ ਹੋ ਜੋ ਇਸ ਤਰੀਕੇ ਦੀ ਵੈਲਕਮ ਦੇ ਵਿੱਚ ਕਮੀ ਰਹੀ ਹੈ, ਇਹ ਕੁਝ ਕਾਰਨ ਰਹੇ ਨੇ ਉਹਦੇ ਪਿੱਛੇ? ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈਗੀ ਕਿ ਜਿਹੜੇ ਪ੍ਰਾਈਮ ਮਿਨਿਸਟਰ ਟਰੂਡੋ ਆਏ ਨੇ ਉਹ ਭਾਰਤ ਸਰਕਾਰ ਦੇ ਸੱਦੇ 'ਤੇ ਆਏ ਨੇ, ਉਹ ਕੋਈ ਇਸ ਤਰ੍ਹਾਂ ਨਹੀਂ ਹੋਇਆ ਕਿ ਉਹ ਆਪਣੇ ਆਪ ਉੱਥੋਂ ਨੇ ਜਹਾਜ਼ ਫੜਿਆ ਅਤੇ ਇੱਥੇ ਆ ਗਏ ਨੇ। ਉਹਨਾਂ ਨੂੰ ਬਕਾਇਦਾ ਇੱਕ ਡਿਪਲੋਮੈਟਿਕ ਲੈਵਲ 'ਤੇ ਇਨਵੀਟੇਸ਼ਨ ਗਿਆ ਸੀਗਾ ਅੱਜ ਤੋਂ 2-3 ਸਾਲ ਪਹਿਲਾਂ, ਜਿਹੜੇ ਕਿ ਪ੍ਰਾਈਮ ਮਿਨਿਸਟਰ ਮੋਦੀ ਉੱਥੇ ਗਏ ਸੀਗੇ, ਉਦੋਂ ਉਹਨਾਂ ਨੂੰ ਇਨਵਾਈਟ ਕਰਕੇ ਆਏ ਸੀਗੇ ਅਤੇ ਉਹ ਆਪਣੇ ਆਪ ਨਹੀਂ ਆਏ। ਜਦੋਂ ਉਹਨਾਂ ਨੂੰ ਇਨਵਾਈਟ ਕਰਕੇ ਇਨਵਾਈਟ ਕੀਤਾ ਗਿਆ ਸੀ ਭਾਰਤ ਦੀ ਸਰਕਾਰ ਵੱਲੋਂ ਇੱਥੇ ਦਾ ਦੌਰਾ ਕਰਨ ਲਈ, ਤਾਂ ਇਹ ਮੇਰਾ ਖਿਆਲ ਹੈ ਕਿ ਢੁਕਵਾਂ ਇਹ ਬਣਦਾ ਸੀਗਾ ਕਿ ਪ੍ਰਾਈਮ ਮਿਨਿਸਟਰ ਉੱਥੇ ਜਾਂਦੇ। ਜਦੋਂ ਆਪਣਾ ਚੀਨ ਦੇ ਪ੍ਰਾਈਮ ਮਿਨਿਸਟਰ ਆਏ, ਆਪਣਾ ਇੱਥੇ ਆਏ ਪ੍ਰੈਜ਼ੀਡੈਂਟ, ਉਹਨਾਂ ਨੂੰ ਉਹਨਾਂ ਦਾ ਸਵਾਗਤ ਕੀਤਾ, ਕਹਿੰਦਾ ਆਪਣਾ ਪ੍ਰਾਈਮ ਮਿਨਿਸਟਰ ਨੇ ਖੁਦ ਜਾ ਕੇ, ਗੁਜਰਾਤ ਵੀ ਉਹਨਾਂ ਦੇ ਨਾਲ ਗਏ, ਅਤੇ ਕਹਿੰਦਾ ਫਿਰ ਜਦੋਂ ਪ੍ਰਾਈਮ ਮਿਨਿਸਟਰ ਕਹਿੰਦਾ ਅੱਬੇ ਆਏ ਆਪਣਾ ਐਬੇ ਆਏ ਕਹਿੰਦਾ ਜਪਾਨ ਤੋਂ, ਤਾਂ ਉਦੋਂ ਵੀ ਉਹਨਾਂ ਦਾ ਸਵਾਗਤ ਕੀਤਾ ਗਿਆ, ਬਕਾਇਦਾ
ਪ੍ਰਾਈਮ ਮਿਨਿਸਟਰ ਏਅਰਪੋਰਟ 'ਤੇ ਗਏ, ਜਦੋਂ ਹੁਣ ਕਹਿੰਦੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਆਏ ਤਾਂ ਉਦੋਂ ਵੀ ਏਅਰਪੋਰਟ 'ਤੇ ਗਏ, ਕੀ ਵਜ੍ਹਾ ਹੈਗੀ ਮੈਨੂੰ ਸਮਝ ਨਹੀਂ ਆ ਰਹੀ ਕਿ ਕੀ ਵਜ੍ਹਾ ਹੈਗੀ ਕਿ ਇਹਨਾਂ ਨੂੰ ਕਿਉਂ ਨਹੀਂ ਉੱਥੇ ਸਵਾਗਤ ਕੀਤਾ ਗਿਆ, ਇਹ ਪ੍ਰਾਈਮ ਮਿਨਿਸਟਰ ਉੱਥੇ ਕਿਉਂ ਨਹੀਂ ਗਏ, ਜਦੋਂ ਕਿ ਮੈਨੂੰ ਲੱਗਦਾ ਕਿ ਕੈਨੇਡਾ ਦਾ ਜਿਹੜਾ ਰੋਲ ਹੈ ਭਾਰਤ ਪ੍ਰਤੀ ਉਹ ਜ਼ਿਆਦਾ ਬੈਟਰ ਹੈਗਾ। ਕਿਉਂ ਬੈਟਰ ਹੈਗਾ? ਜਦੋਂ ਸਾਨੂੰ ਯੂਰੇਨੀਅਮ ਨਹੀਂ ਮਿਲ ਰਿਹਾ ਸੀ ਕਿਤੇ ਵੀ, ਤਾਂ ਯੂਰੇਨੀਅਮ ਦੀ ਜਿਹੜੀ ਸਾਨੂੰ ਸਪਲਾਈ ਆਈ ਹੈ ਉਹ ਉੱਥੋਂ ਕੈਨੇਡਾ ਦੇ ਰਿਹਾ ਸਾਨੂੰ। ਸਾਰਾ ਜਿਹੜਾ ਵਰਲਡ ਹੈਗਾ ਤਕਰੀਬਨ ਜਦੋਂ ਅਸੀਂ ਨਿਊਕਲੀਅਰ ਆਪਣਾ ਸੰਧੀ ਕਰ ਰਹੇ ਸੀਗੇ ਉਦੋਂ ਖਿਲਾਫ਼ ਹੋ ਗਿਆ ਸੀ ਅਮਰੀਕਾ ਨਾਲ, ਅਤੇ ਉਦੋਂ ਜਦੋਂ ਸਾਨੂੰ ਯੂਰੇਨੀਅਮ ਮਿਲਿਆ ਤਾਂ ਕੈਨੇਡਾ ਨੇ ਸਾਨੂੰ ਯੂਰੇਨੀਅਮ ਦਿੱਤਾ। ਇਸ ਤੋਂ ਬਿਨਾਂ ਸਾਡੇ ਲੱਖਾਂ ਲੋਕ ਜਿਹੜੇ ਹੈਗੇ ਇੱਥੇ ਬੇਰੁਜ਼ਗਾਰ ਹੁੰਦੇ ਨੇ, ਮਤਲਬ ਪੰਜਾਬ ਹੈਗਾ, ਪੰਜਾਬ ਦੇ ਨੌਜਵਾਨ ਬੇਰੁਜ਼ਗਾਰ ਰਹਿੰਦੇ ਨੇ, ਗੁਜਰਾਤ 'ਚ ਬਹੁਤ ਸਾਰੇ ਗੁਜਰਾਤ ਦੇ ਲੋਕ ਨੇ ਜਿਹੜੇ ਬੇਰੁਜ਼ਗਾਰ ਹੁੰਦੇ ਨੇ, ਹੋਰ ਜਿਹੜੇ ਸਾਊਥ ਇੰਡੀਆ 'ਚੋਂ ਹੈਗੇ ਜਿਵੇਂ ਤਾਮਿਲਨਾਡੂ ਹੈਗਾ, ਉੱਥੋਂ ਬਹੁਤ ਸਾਰੇ ਬੇਰੁਜ਼ਗਾਰ ਜਿਹੜੇ ਨੌਜਵਾਨ ਨੇ ਉਹ ਕੈਨੇਡਾ ਜਾ ਕੇ ਇੰਪਲਾਇਮੈਂਟ ਲੈਂਦੇ ਨੇ। ਇੱਕ ਤਰ੍ਹਾਂ ਨਾਲ ਸਾਡੀ ਜਿਹੜੀ ਬੇਰੁਜ਼ਗਾਰੀ ਦੀ ਸਮੱਸਿਆ ਹੈਗੀ ਉਹਨੂੰ ਕੈਨੇਡਾ ਹੱਲ ਕਰ ਰਿਹਾ, ਉਹ ਸਾਨੂੰ ਮਤਲਬ ਸਾਡੇ ਦੇਸ਼ ਦੀ ਮਦਦ ਕਰ ਰਿਹਾ। ਪਰ ਅਸੀਂ ਜਿਹੜਾ ਚੀਨ ਸਾਡੇ ਰੋਜ਼ ਸਾਨੂੰ ਤੰਗ ਕਰਦਾ ਹੈ, ਸਾਡੇ ਕਹਿੰਦੇ ਆਪਣਾ ਕਹਿੰਦਾ ਨੌਰਥ ਈਸਟ ਵਿੱਚ ਕੋਈ ਨਾ ਕੋਈ ਪੰਗਾ ਖੜਾ ਕਰਦਾ ਹੈ, ਉਹਦੇ ਪ੍ਰਾਈਮ ਮਿਨਿਸਟਰ ਨੂੰ ਜਾਂ ਉਹਦੇ ਪ੍ਰੈਜੀਡੈਂਟ ਨੂੰ ਤਾਂ ਸਾਡਾ ਜਾ ਕੇ ਪ੍ਰਾਈਮ ਮਿਨਿਸਟਰ ਉੱਥੇ ਜਾ ਕੇ ਏਅਰਪੋਰਟ 'ਤੇ ਜਾ ਕੇ ਸਵਾਗਤ ਕਰਦਾ ਹੈ। ਪਰ ਜਦੋਂ ਜਿਹੜਾ ਕੈਨੇਡਾ ਸਾਡੀ ਕੈਨੇਡਾ ਦੇਸ਼ ਸਾਡੀ ਕਿਹੜੀ ਤਰ੍ਹਾਂ ਮਦਦ ਕਰ ਰਿਹਾ, ਅਸੀਂ ਉਹਦੇ ਪ੍ਰਾਈਮ ਮਿਨਿਸਟਰ ਨੂੰ ਇੱਕ ਜੂਨੀਅਰ ਮੋਸਟ ਜਿਹੜਾ ਮੰਤਰੀ ਹੈ ਉਹਨੂੰ ਏਅਰਪੋਰਟ 'ਤੇ ਭੇਜਦੇ ਹਾਂ ਉਹਦਾ ਸਵਾਗਤ ਕਰਨ ਲਈ, ਮੈਨੂੰ ਇਹ ਗੱਲ ਦੀ ਸਮਝ ਨਹੀਂ ਆ ਰਹੀ ਕਿ ਸਾਡੀ ਜਿਹੜੀ ਡਿਪਲੋਮੇਸੀ ਹੈ ਜਾਂ ਸਾਡੀ ਫੋਰਨ ਪੋਲਿਸੀ ਹੈ ਉਹ ਕਿਸ ਤਰ੍ਹਾਂ ਦੀ ਹੈਗੀ। ਦੂਸਰੀ ਗੱਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਸਾਨੂੰ ਚਾਹੀਦਾ ਕੱਲ੍ਹ ਮਸੇ ਮੇਰਾ ਖਿਆਲ ਹੈ ਕਿ ਕਾਫੀ ਹੱਦ ਤੱਕ ਜਿਹੜੀ ਟਰੂਡੋ ਸਾਹਿਬ ਦੀ ਉੱਥੇ ਸਵਾਗਤ ਹੋ ਕੇ ਭਰਪਾਈ ਹੋ ਜਾਏਗੀ। ਮੈਨੂੰ ਪਤਾ ਲੱਗਿਆ ਜੋ ਕਿ ਅਕਾਲੀ ਦਲ ਵੀ ਬਹੁਤ ਜ਼ੋਰ ਸ਼ੋਰ ਨਾਲ ਸਵਾਗਤ ਕਰਨ ਜਾ ਰਿਹਾ ਅਤੇ ਕੱਲ੍ਹ ਨੂੰ ਪੰਜਾਬ ਸਰਕਾਰ ਵੀ ਬਹੁਤ ਜ਼ੋਰ ਸ਼ੋਰ ਨਾਲ ਸਵਾਗਤ ਕਰਨ ਜਾ ਰਹੀ ਹੈ। ਚਾਹੀਦਾ ਤਾਂ ਇਹ ਸੀਗਾ ਕਿ ਜਿਹੜੀ ਭਾਰਤ ਸਰਕਾਰ ਦੇ ਮੰਤਰੀ ਹੈਗੇ ਭਾਰਤ ਸਰਕਾਰ ਦੇ ਪ੍ਰਾਈਮ ਮਿਨਿਸਟਰ ਨੂੰ ਲੈ ਕੇ ਉਹਨਾਂ ਦਾ ਸਵਾਗਤ ਕਰਨ ਲਈ ਉੱਥੇ ਜਾਂਦੇ, ਅਤੇ ਪ੍ਰੋਟੋਕੋਲ ਭਾਵਾਂ ਇਹ ਪ੍ਰੋਟੋਕੋਲ 'ਚ ਦਾ ਪਾਰਟ ਨਹੀਂ ਹੈਗਾ, ਪਰ ਜਦੋਂ ਅਸੀਂ ਨੌਜਵਾਨਾਂ ਲਈ ਤਾਂ ਸਾਨੂੰ ਚਾਹੀਦਾ ਸੀ ਕਿ ਇਸ ਤਰ੍ਹਾਂ ਦੇ ਬੰਦੇ ਨੂੰ ਸਾਡੇ ਪ੍ਰਾਈਮ ਮਿਨਿਸਟਰ ਕਹਿੰਦਾ ਉਹਦਾ ਭਰਪੂਰ ਸਵਾਗਤ ਉੱਥੇ ਏਅਰਪੋਰਟ 'ਤੇ ਜਾ ਕੇ ਕਰਦੇ, ਪਰ ਅਜਿਹਾ ਨਹੀਂ ਹੋਇਆ। ਮੇਰਾ ਖਿਆਲ ਹੈ ਕਿ ਬਹੁਤ ਮੰਦਭਾਗਾ ਹੈ ਅਤੇ ਇਹਦਾ ਇੱਥੇ ਪੰਜਾਬ 'ਚ ਰੋਸ ਵੀ ਹੈ। ਮੈਂ ਆਮ ਲੋਕਾਂ ਨਾਲ ਅਸੀਂ ਗੱਲਾਂ ਕਰਦੇ ਅਸੀਂ ਦੇਖਦੇ ਹਾਂ ਪਿਛਲੇ ਦੋ ਤਿੰਨ ਦਿਨਾਂ ਤੋਂ ਇਸ ਦਾ ਬਹੁਤ ਵੱਡਾ ਰੋਸ ਹੈਗਾ ਇਸ ਗੱਲ ਦਾ। ਸਿੱਖ ਕਮਿਊਨਿਟੀ ਇਸ ਦਾ ਬਹੁਤ ਬੁਰਾ ਮਨਾਇਆ, ਉਹਨਾਂ ਨੂੰ ਲੱਗ ਰਿਹਾ ਕਿ ਸ਼ਾਇਦ ਜਿਹੜੀ ਪੰਜਾਬੀਆਂ ਦੀ ਉਹਨੇ ਇੱਥੇ ਤਰੱਕੀ ਕੀਤੀ ਹੈ ਉਹਨੂੰ ਕਿਤੇ ਨਾ ਕਿਸੇ ਪੱਧਰ 'ਤੇ ਅਣਗੌਲਿਆ ਕੀਤਾ ਜਾ ਰਿਹਾ। ਚਾਹੀਦਾ ਤਾਂ ਇਹ ਸੀਗਾ ਕਿ ਕਹਿੰਦਾ ਉਹਨੂੰ ਉਹਦੀ ਰਿਕੋਗਨਾਈਜ਼ੇਸ਼ਨ ਹੁੰਦੀ ਪ੍ਰੋਪਰ, ਉਹਨੂੰ ਕਹਿੰਦਾ ਰਿਕੋਗਨਾਈਜ਼ ਕੀਤਾ ਜਾਂਦਾ, ਪਰ ਅਜਿਹਾ ਨਹੀਂ ਹੋ ਸਕਿਆ। ਤੁਸੀਂ ਦੇਖੋ ਵੀ ਕੈਨੇਡਾ ਦੀ ਸਰਕਾਰ ਵਿੱਚ ਚਾਰ ਮੰਤਰੀ ਜਿਹੜੇ ਹੈਗੇ ਨੇ ਉਹ ਚਾਰੇ ਮੰਤਰੀ ਬਹੁਤ ਵੱਡੇ ਅਹੁਦਿਆਂ 'ਤੇ ਨੇ। ਜਿਹੜਾ ਅਮਰਜੀਤ ਸਿੰਘ ਸੋਹੀ ਹੈਗਾ ਉਹ ਉੱਥੋਂ ਦੇ ਇਨਫਰਾਸਟਰਕਚਰ ਮੰਤਰੀ ਹੈ। 125 ਬਿਲੀਅਨ ਦਾ ਬਜਟ ਹੈਗਾ ਇਨਫਰਾਸਟਰਕਚਰ ਦਾ ਕੈਨੇਡਾ ਦਾ, ਮੇਰਾ ਖਿਆਲ ਹੈ ਕਿ ਸਭ ਤੋਂ ਲਾਰਜੈਸਟ ਬਜਟ ਹੈਗਾ ਇਨਫਰਾਸਟਰਕਚਰ ਦਾ। ਉਸ ਤੋਂ ਬਿਨਾਂ ਜਿਹੜੇ ਹਰਜੀਤ ਸੱਜਣ ਹੈਗੇ ਨੇ ਉਹ ਡਿਫੈਂਸ ਮਿਨਿਸਟਰ ਨੇ। ਡਿਫੈਂਸ ਮਿਨਿਸਟਰ ਹੋਣਾ ਕਿਸੇ ਕੰਟਰੀ ਦਾ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਮਾਣ ਵਾਲੀ ਗੱਲ ਹੈਗੀ ਹੈ। ਇਸ ਤੋਂ ਨਾਲ ਜਿਹੜੇ ਦੂਸਰੇ ਦੋ ਮੰਤਰੀ ਹੈਗੇ ਨਵਦੀਪ ਬੈਂਸ ਹੈਗੇ ਨੇ ਉਹਨਾਂ ਕੋਲ ਵੀ ਬਹੁਤ ਅਹਿਮ ਮਹਿਕਮੇ ਹੈਗੇ ਨੇ। ਸੋ ਇਸ ਤੋਂ ਇਲਾਵਾ ਉੱਥੋਂ ਦੇ ਜਿਹੜੇ CPS ਵੀ ਚੀਫ ਪਾਰਲੀਮੈਂਟਰੀ ਸੈਕਟਰੀ ਵੀ ਪੰਜਾਬੀ ਹੈਗੇ ਨੇ, ਅਤੇ ਜਿਹੜਾ ਉਹਦਾ ਲੀਡਰ ਆਫ ਹਾਊਸ ਹੈਗੀ ਉਹ ਵੀ ਪੰਜਾਬੀ ਲੇਡੀ ਹੈਗੀ, ਮਤਲਬ ਕੈਨੇਡਾ ਵਿੱਚ। ਜਦੋਂ ਕਿਸੇ ਦੇਸ਼ ਨੇ ਐਡਾ ਵੱਡਾ ਮਾਣ ਦਿੱਤਾ ਹੋਵੇ ਕਹਿੰਦੇ ਪੰਜਾਬੀਆਂ ਨੂੰ, ਅਤੇ ਮੈਨੂੰ ਲੱਗਦਾ ਕਿ ਸਾਡੇ ਦੇਸ਼ ਨੂੰ ਵੀ ਚਾਹੀਦਾ ਸੀਗਾ ਕਿ ਅਸੀਂ ਉਹਦਾ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਉਹਦਾ ਭਰਪੂਰ ਸਵਾਗਤ ਕਰਦੇ। ਖੈਰ ਸਰ ਤੁਸੀਂ ਕਿਵੇਂ ਵੇਖਦੇ ਹੋ ਇਸ ਚੀਜ਼ ਨੂੰ? ਤੁਹਾਨੂੰ ਲੱਗਦਾ ਕਿ ਡਿਪਲੋਮੈਸੀ ਦੇ ਤੌਰ ਤੇ ਤੁਹਾਨੂੰ ਕਮੀ ਨਜ਼ਰ ਆ ਰਹੀ ਹੈ ਦੇ ਵਿੱਚ ਕਿ ਜੋ ਇਸ ਤਰੀਕੇ ਹੋ ਰਿਹਾ ਹੈ ਇਹ ਸਭ? ਕੁਲਵਿੰਦਰ ਜੀ, ਜਿੱਦਾਂ ਸਾਰੇ ਪੈਨਲਿਸਟ ਨੇ ਗੱਲ ਕਰੀ ਹੈ, ਮੈਂ ਬਿਲਕੁਲ ਇਸ ਗੱਲ ਨਾਲ ਸਹਿਮਤ ਹਾਂ ਕਿ ਇਹ ਬਹੁਤ ਹੀ ਮੰਦਭਾਗਾ ਇੱਕ ਐਪੀਸੋਡ ਹੈ। ਹਾਲਾਂਕਿ ਸਰਕਾਰ ਨੇ ਇਸ ਗੱਲ ਤੋਂ ਮੁਨਕਰ ਹੋਏ ਨੇ, ਉਹਨਾਂ ਨੇ ਕਿਹਾ ਕਿ ਜੀ ਅਸੀਂ ਇਹ ਪ੍ਰੋਟੋਕਾਲ ਨੂੰ ਫੋਲੋ ਕਰਿਆ, ਪਰ ਜਦੋਂ ਅਸੀਂ ਇਹਦਾ ਓਵਰਆਲ ਅਨਾਲਿਸਿਸ ਕਰੀਏ, ਕੈਨੇਡਾ 6th ਲਾਰਜੈਸਟ ਇਕਾਨਮੀ ਹੈ ਵਰਲਡ ਦੀ। ਸੋ ਇਹ ਇਕਾਨਮੀ ਜਪਾਨ ਤੋਂ ਬਾਅਦ ਆਉਂਦੀ ਹੈ। ਜੇ ਜਪਾਨ ਦੇ ਪ੍ਰਧਾਨ ਮੰਤਰੀ ਨੂੰ ਉਸ ਤਰੀਕੇ ਦਾ ਵੈਲਕਮ ਮਿਲ ਸਕਦਾ ਹੈ, ਜਾਂ ਅਮਰੀਕਾ ਜਿਹੜੀ ਕਿ ਸਭ ਤੋਂ ਵੱਡੀ ਇਕਾਨਮੀ ਹੈ ਉਹਦੇ ਰਾਸ਼ਟਰਪਤੀ ਨੂੰ ਉਹ ਵੈਲਕਮ ਮਿਲ ਸਕਦਾ, ਜਾਂ ਚਾਈਨਾ ਨੂੰ ਉਹ ਮਿਲ ਸਕਦਾ, ਤਾਂ ਕੋਈ ਕੈਨੇਡਾ ਐਡਾ ਗਰੀਬ ਦੇਸ਼ ਵੀ ਨਹੀਂ ਹੈ ਕਿ ਉਹਦੇ ਇਸ ਪ੍ਰਧਾਨ ਮੰਤਰੀ ਨੂੰ ਇੱਦਾਂ ਦਾ ਵੈਲਕਮ ਹੈ ਜਿਹੜਾ ਉਹ ਦਿੱਤਾ ਜਾਵੇ। ਸੋ ਇਸ ਦੇ ਨਾਲ ਨਾਲ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ, ਜਿੱਦਾਂ ਜਿਸ ਤਰੀਕੇ ਦੇ ਨਾਲ ਸਰਬਜੀਤ ਸਿੰਘ ਹੋਰਾਂ ਨੇ ਪੁਆਇੰਟ ਨੂੰ ਪਿੱਕ ਕਰਿਆ,
ਕੈਨੇਡਾ ਇੱਕ ਇੰਪਲੋਇਮੈਂਟ ਦਾ ਬਹੁਤ ਵੱਡਾ ਸੋਰਸ ਹੈ ਹਿੰਦੁਸਤਾਨੀਆਂ ਲਈ। ਸੋ ਮੈਂ ਇਸ ਗੱਲ ਨੂੰ ਇਹ ਨੈਗੇਟਿਵ ਨਹੀਂ ਕਰਦਾ, ਪਰ ਜੇ ਅਸੀਂ ਪ੍ਰੈਕਟੀਕਲ ਤੱਥਾਂ ਨਾਲ ਦੇਖੀਏ ਤਾਂ ਪਿਛਲੇ ਕੋਈ 1990 ਦੇ ਦਹਾਕਿਆਂ ਤੋਂ ਬਹੁਤ ਸਾਰੀ ਮਾਈਗ੍ਰੇਸ਼ਨ ਹੈ ਜਿਹੜੀ ਉਹ ਇੰਡੀਆ ਤੋਂ ਕੈਨੇਡਾ ਦੇ ਵਿੱਚ ਹੋਈ ਹੈ। ਇਹ ਕੈਨੇਡਾ ਨੇ ਸੋਰਸ ਕਰੇ ਨੇ ਜਿਹੜੇ ਮਾਈਗ੍ਰੈਂਟਸ, ਉਹ ਦੂਜੇ ਅਤੇ ਤੀਜੇ ਨੰਬਰ ਤੋਂ ਰਹੇ ਨੇ। ਜੇ ਉਹ ਮਾਈਗ੍ਰੈਂਟਸ ਨੂੰ ਸੋਰਸ ਨਾ ਕਰਦਾ ਅਤੇ ਹੋਰ ਦੇਸ਼ਾਂ ਦੇ ਵਿੱਚ ਜਾਣ ਦਾ ਮੌਕਾ ਨਾ ਮਿਲਦਾ, ਕੀ ਇਹ ਭਾਰਤ ਸਰਕਾਰ ਜਾਂ ਇਹ ਸਥਾਈ ਸਰਕਾਰਾਂ ਇਹਨਾਂ ਲੋਕਾਂ ਨੂੰ ਰੁਜ਼ਗਾਰ ਦੇ ਸਕਦੀਆਂ? ਸੋ ਜਿੱਥੇ ਮੈਂ ਬਹੁਤ ਬੜਾ ਕੁਐਸਚਨ ਮਾਰਕ ਪਾਉਣਾ, ਹਰ ਸਰਕਾਰ ਇਹ ਵਾਅਦਾ ਕਰਦੀ ਹੈ ਕਿ ਅਸੀਂ ਲੱਖਾਂ ਨੌਕਰੀਆਂ ਲੈ ਕੇ ਆਵਾਂਗੇ, ਪਰ ਜਦੋਂ ਅਸੀਂ ਦੇਖਦੇ ਹਾਂ ਕਿ ਗਰੀਬੀ ਹੈ ਜਿਹੜੀ ਉਹ ਦੂਰ ਨਹੀਂ ਹੋ ਰਹੀ, ਨੌਕਰੀਆਂ ਜਿਹੜੀਆਂ ਮਿਲ ਨਹੀਂ ਰਹੀਆਂ, ਜਿਹੜੇ ਇਹੋ ਜਿਹੇ ਦੇਸ਼ ਉਹਨਾਂ ਵਸਿੰਦਿਆਂ ਨੂੰ ਜਾ ਕੇ ਮਾਈਗ੍ਰੇਟ ਕਰਾਉਂਦੇ ਨੇ ਅਤੇ ਨੌਕਰੀਆਂ ਦਿੰਦੇ ਨੇ, ਵੈਸੇ ਹੀ ਇੱਕ ਗਲਵੱਕੜੀ ਹੈ ਜਿਹੜੀ ਉਹਨਾਂ ਦੇ ਲਈ ਇਸ ਕਾਰਨ ਲਈ ਬਣਦੀ ਸੀ ਕਿ ਉਹਨਾਂ ਦੇ ਵਸਿੰਦਿਆਂ ਨੂੰ ਉੱਥੇ ਵਸਾਉਂਦੇ ਆ। ਦੂਸਰੇ ਤਰੀਕੇ ਦੇ ਨਾਲ ਜਦੋਂ ਅਸੀਂ ਸਾਇੰਟੀਫਿਕਲੀ ਦੇਖਦੇ ਹਾਂ ਤਾਂ ਕੈਨੇਡਾ ਟੈਕਨੋਲੋਜੀ ਵਾਈਜ਼ ਬਹੁਤ ਐਡਵਾਂਸਡ ਹੈ, ਚਾਹੇ ਉਹ ਸਪੇਸ ਟੈਕਨੋਲੋਜੀ ਹੈ, ਚਾਹੇ ਉਹ ਕਿਸੇ ਪ੍ਰਕਾਰ ਦੀ ਐਗਰੀਕਲਚਰ ਟੈਕਨੋਲੋਜੀ ਹੈ। ਸੋ ਜਿੱਥੇ ਆਦਾਨ ਪ੍ਰਦਾਨ ਹੋਣਾ ਜ਼ਰੂਰੀ ਹੈ। ਸੋ ਹਿੰਦੁਸਤਾਨ ਜਿਹੜੇ ਕੈਨੇਡਾ ਦੇ ਵਿੱਚ ਹਿੰਦੁਸਤਾਨੀ ਗਏ ਨੇ ਉਹਨਾਂ ਨੇ ਆਪਦਾ ਇੱਕ ਸਿੱਕਾ ਜਮਾਇਆ, ਬਹੁਤ ਇਮਾਨਦਾਰ ਕੌਮ ਰਹੀ ਹੈ, ਕ੍ਰਾਈਮ ਫਰੀ ਕੌਮ ਰਹੀ ਹੈ, ਅਤੇ ਉਹਨਾਂ ਨੇ ਆਪਦੇ ਬਿਜ਼ਨਸਿਸ ਦੇ ਵਿੱਚ ਅਤੇ ਜੋਬਸ ਦੇ ਵਿੱਚ ਆਪਦਾ ਨਾਂ ਹੈ ਜਿਹੜਾ ਕਮਾਇਆ, ਅਤੇ ਕੈਨੇਡੀਅਨ ਸਰਕਾਰਾਂ ਇਸ ਗੱਲ ਤੋਂ ਬਹੁਤ ਖੁਸ਼ ਨੇ, ਕੈਨੇਡਾ ਦੇ ਲੋਕ ਨੇ ਜਿਹੜੇ ਉਹ ਬਹੁਤ ਖੁਸ਼ ਨੇ। ਕੈਨੇਡਾ ਦੇ ਵਿੱਚ ਜਦੋਂ ਅਸੀਂ ਲਿਬਰਲ ਗੌਰਮੈਂਟ ਨੂੰ ਦੇਖਦੇ ਹਾਂ ਤਾਂ ਲਿਬਰਲ ਪਾਰਟੀ ਦੇ ਵਿੱਚ ਜਿਹੜੀਆਂ ਹਿਊਮਨਿਟੇਰੀਅਨ ਗਰਾਊਂਡਸ ਨੇ ਉਹ ਬਹੁਤ ਜ਼ਿਆਦਾ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ। ਖਾਸਕਰ ਜਸਟਿਨ ਟਰੂਡੋ ਇਸ ਗੱਲ ਲਈ ਮਸ਼ਹੂਰ ਨੇ ਕਿ ਜਿਹੜੇ ਰਿਫਿਊਜੀਜ਼ ਨੇ ਵਰਲਡ ਓਵਰ ਕਿਤੇ ਵੀ ਭੀੜ ਪਵੇ ਤਾਂ ਕੈਨੇਡਾ ਉੱਥੇ ਖੜ੍ਹਦੀ ਹੈ ਅਤੇ ਪੰਜਾਬੀ ਉੱਥੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਹਾਇਤਾ ਕਰਦੇ ਨੇ। ਜਿੱਥੇ ਇਸ ਤਰੀਕੇ ਦਾ ਮਾਹੌਲ ਹੋਵੇ, ਹਿੰਦੁਸਤਾਨੀਆਂ ਦੀ ਇੰਨੀ ਉਸ ਦੇਸ਼ ਦੇ ਵਿੱਚ 65 ਹੋਵੇ ਤਾਂ ਜਿਹੜੀਆਂ ਸਥਾਈ ਸਰਕਾਰਾਂ ਨੇ ਹਿੰਦੁਸਤਾਨ ਦੇ ਵਿੱਚ ਉਹਨਾਂ ਨੂੰ ਇੱਕ ਪਹਿਲਕਦਮੀ ਲੈ ਕੇ ਆਉਣੀ ਚਾਹੀਦੀ ਸੀ, ਉਹਨਾਂ ਤੋਂ ਜਿਹੜਾ ਸਵਾਗਤ ਹੈ। ਮੈਂ ਕਹਿੰਦਾ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਜਾਂ ਚਾਈਨਾ ਦੇ ਰਾਸ਼ਟਰਪਤੀ ਨੂੰ ਉੱਪਰ ਹੋ ਕੇ ਹੋਣਾ ਚਾਹੀਦਾ ਸੀ। ਸੋ ਇਹ ਇਸ ਗੱਲ ਦੀ ਜੋ ਵੀ ਸਵਾਗਤ ਉਹਨਾਂ ਦਾ ਹੋਇਆ, ਇਹ ਕੋਈ ਬਾਹਲਾ ਚੰਗਾ ਅਤੇ ਨਵਾਬ ਹੀਰ ਜੀ ਠੀਕ ਨਹੀਂ ਹੋਇਆ ਜੋ ਅਸੀਂ ਐਕਸਪੈਕਟ ਕਰਦੇ ਸੀ ਜੀ। ਮੈਂ ਇੱਕ ਦੋ ਪੁਆਇੰਟ ਕਹਿਣਾ ਚਾਹੁੰਦਾ। ਇੱਕ ਤਾਂ ਥੋੜ੍ਹੀ ਅਮੈਂਡਮੈਂਟ ਕਹਿਣਾ ਚਾਹੁੰਦਾ, ਤੁਸੀਂ ਕਿਹਾ ਕਿ ਉਹਨਾਂ ਦੀ ਪਾਰਲੀਮੈਂਟ ਨੇ ਜੈਨੋਸਾਈਡ ਦਾ ਮਤਾ ਪਾਸ ਕੀਤਾ, ਪਾਰਲੀਮੈਂਟ ਨੇ ਨਹੀਂ ਪਾਸ ਕੀਤਾ, ਉਹਨਾਂ ਦੀ ਇੱਕ ਸਟੇਟ ਦੀ ਅਸੈਂਬਲੀ ਨੇ ਕੀਤਾ। ਉਹਦੇ 'ਤੇ ਜ਼ਿਆਦਾ ਹੁਣ ਸਾਨੂੰ ਡਿਬੇਟ ਕਰਨ ਦੀ ਲੋੜ ਨਹੀਂ ਹੈ, ਪਰ ਮੈਂ ਅਮੈਂਡ ਕਰਨਾ ਚਾਹੁੰਦਾ ਸੀ। ਦੂਸਰਾ ਇਹ ਕਹਿਣਾ ਚਾਹੁੰਦਾ ਸੀ, ਜਿੱਦਾਂ ਸਰਦਾਰ ਸਾਹਿਬ ਨੇ ਵੀ ਕਿਹਾ ਕਿ ਅਸੀਂ ਤੁਹਾਨੂੰ ਪਤਾ ਕਿ ਪਿਛਲੀ ਗੌਰਮੈਂਟ ਕਾਂਗਰਸ ਦੇ ਵੇਲੇ ਨਿਊਕਲੀਅਰ ਫਾਰ ਪੀਸਫੁਲ ਮੀਨਸ ਅਸੀਂ ਅੱਡੀਆਂ ਤੱਕ ਜ਼ੋਰ ਲਾ ਲਿਆ ਸੀ ਅਮੈਰੀਕਾ ਤੋਂ ਲੈਣ ਲਈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਉਹਦਾ ਕਾਫੀ ਕੁਛ ਫਾਇਦਾ ਵੀ ਮਿਲਿਆ, ਪਰ ਹਾਲੇ ਤੱਕ ਉਹ ਇੰਪਲੀਮੈਂਟ ਨਹੀਂ ਹੋਇਆ। ਤਾਂ ਮੈਂ ਤਾਂ ਵੈਸੇ ਪੰਜਾਬ ਗੌਰਮੈਂਟ ਨੂੰ ਰਿਕੁਐਸਟ ਕਰਨਾ ਚਾਹੁੰਦਾ, ਜੇ ਕੁਛ ਮੰਗਣਾ ਉਹਨਾਂ ਕੋਲੋਂ, ਕੱਲ੍ਹ ਨੂੰ ਮੰਗੋ ਪੰਜਾਬ ਲਈ ਇੱਕ ਨਿਊਕਲੀਅਰ ਪਲਾਂਟ, ਜੇ ਤਾਂ ਕਿ ਪੂਰਾ ਪੰਜਾਬ ਪੂਰੇ ਇੰਡੀਆ ਨੂੰ ਬਿਜਲੀ ਦੇ ਸਕੇ। ਔਰ ਸ਼ਾਇਦ ਉਹ ਦੇ ਵੀ ਦੇਣ, ਕਹਿਣ ਕਿ ਵੀ ਜੇ ਮੋਦੀ ਸਾਹਿਬ ਮੰਨਦੇ ਆ ਤਾਂ ਅਸੀਂ ਫਿਰੋਜ਼ਪੁਰ ਲਾਉਣ ਨੂੰ ਤਿਆਰ ਹੈ। ਔਰ ਦੂਸਰਾ ਮੈਂ ਪੰਜਾਬੀਆਂ ਨੂੰ ਸਿਰਫ ਇਹੀ ਰਿਕੁਐਸਟ ਕਰਨਾ ਚਾਹੁੰਦਾ ਕਿ ਇਹ ਜਿਹੜੀ ਇੱਕ ਹਿਸਟੋਰੀਕਲ ਵਿਜ਼ਿਟ ਹੈ, ਇਹਦਾ ਸਾਨੂੰ ਫਾਇਦਾ ਲੈਣਾ ਚਾਹੀਦਾ ਕਿ ਜਿੰਨੇ ਵੀ ਸਾਡੇ ਭਾਈਵਾਲ ਅੰਮ੍ਰਿਤਸਰ 'ਚ ਨੇ ਉਹਨਾਂ ਨੂੰ ਵਾਰਮ ਵੈਲਕਮ ਦਿਓ, ਤਾਂ ਕਿ ਇੱਕ ਮੈਸੇਜ ਆਵੇ ਸਾਡੇ MPs ਜਾਂ ਮਿਨਿਸਟਰਸ ਨੂੰ ਕਿ ਉਹ ਦੇ ਆ ਵੈਲਕਮ ਇਨ ਪੰਜਾਬ। ਲਾਸਟ ਪੁਆਇੰਟ ਮੈਂ ਇਹੀ ਕਹਿਣਾ ਚਾਹੁੰਦਾ, ਕੁਛ ਇੱਕ ਨੈਸ਼ਨਲ ਲੈਵਲ ਦੇ ਮੀਡੀਆ ਨੇ ਵੀ ਕੋਈ ਨੈਗੇਟਿਵ ਪੇਂਟ ਕੀਤੇ ਆ ਕੁਛ ਇੱਕ ਮਿਨਿਸਟਰ, ਖਾਸਕਰ ਇੱਕ ਮੈਂਸ਼ਨ ਹੋਇਆ ਸੀ ਗੁਪਤਾ ਸਾਹਿਬ ਦਾ, ਸ਼ੇਖਰ ਗੁਪਤਾ ਸਾਹਿਬ ਦਾ, ਉਹਨਾਂ ਨੇ ਸੋਹੀ ਸਾਹਿਬ 'ਤੇ ਕੋਈ ਆਰਟੀਕਲ ਲਿਖਿਆ ਕਿ ਉਹਨਾਂ ਦਾ ਕੋਈ ਬੈਕਗਰਾਊਂਡ ਨਹੀਂ ਹੈ ਟੈਰੋਰਿਜ਼ਮ ਦੀ, ਉਹਨਾਂ 'ਤੇ ਕੋਈ ਟੈਰੋਰਿਜ਼ਮ ਦੇ ਚਾਰਜ ਨਹੀਂ ਸੀਗੇ, ਪਰ ਉਹਨਾਂ ਨੇ ਕਿਹਾ ਜੀ ਚਾਰਜ ਪ੍ਰੂਵ ਨਹੀਂ ਹੋਏ। ਤਾਂ ਲੋਕਾਂ ਦੇ ਮਨ 'ਚ ਨਾ, ਪੂਰੇ ਹਿੰਦੁਸਤਾਨ ਦੇ ਲੋਕਾਂ ਦੇ ਮਨ 'ਚ ਨਾ ਇਹੋ ਜਿਹੀ ਭਾਵਨਾ ਪੈਦਾ ਕਰਨੀ, ਇਹ ਵੀ ਥੋੜ੍ਹੀ ਜਿਹੀ ਨੈਸ਼ਨਲ ਮੀਡੀਆ ਦੇ ਲੈਵਲ 'ਤੇ ਸੋਹੀ ਸਾਹਿਬ ਦੀ ਸਟੋਰੀ ਤਾਂ ਸਭ ਨੂੰ ਪੜ੍ਹਨੀ ਚਾਹੀਦੀ ਹੈ ਕਿ ਕਿਸ ਤਰੀਕੇ ਨਾਲ ਟਾਡਾ ਦਾ ਕੇਸ ਉਹਨਾਂ 'ਤੇ ਪਿਆ ਹੋਇਆ ਸੀ ਬਿਹਾਰ ਦੇ ਵਿੱਚ ਬੰਦ ਰਹੇ, ਅਤੇ ਉਹ ਕਿਵੇਂ ਉਸ ਕੇਸ ਦੇ ਵਿੱਚੋਂ ਬਾਇਜ਼ਤ ਹੋ ਕੇ ਬਰੀ ਹੋ ਕੇ ਗਏ ਅਤੇ ਬਾਹਰਲੇ ਮੁਲਕ 'ਚ ਜਾ ਕੇ ਉਹ ਮੰਤਰੀ ਬਣ ਗਏ, ਉਹ ਤਾਂ ਸਭ ਕਿਸੇ ਨੂੰ ਜਾਣਨਾ, ਇਹ ਲੋਕਾਂ ਨੂੰ ਜਾਣਨਾ ਪਏਗਾ, ਇਹਦੇ ਪਿੱਛੇ ਸਭ ਕਿਸੇ ਨੂੰ ਧਿਆਨ ਰੱਖਣਾ ਪਿਆ। ਫਿਲਹਾਲ ਥੋੜ੍ਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰ, ਫਿਲਹਾਲ ਮੇਰੇ ਕੋਲ ਸਮਾਂ ਜਿਹੜਾ ਖਤਮ ਹੋ ਗਿਆ, ਸਵਾਲ ਬੜੇ ਸੀ ਗੱਲਬਾਤ ਕਰਨ ਲਈ, ਚਰਚਾ ਲਈ, ਪਰ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਸਾਡੇ ਨਾਲ ਗੱਲਬਾਤ ਕੀਤੀ। ਸੁਮੀਤ ਹਰ ਕੋਈ ਇਹੀ ਕਰ ਰਿਹਾ ਕਿ ਸੰਭਾਵਨਾਵਾਂ ਬਹੁਤ ਨੇ ਕੈਨੇਡਾ ਦੇ ਵਿੱਚ, ਲਗਾਤਾਰ ਸਾਡੇ ਲੋਕ ਉੱਥੇ ਜਾ ਰਹੇ ਨੇ, ਇਮੀਗ੍ਰੇਟ ਪ੍ਰਵਾਸੀ ਪੰਜਾਬੀ ਉੱਥੇ ਵਸੇ ਹੋਏ ਨੇ ਜੋ ਕਿ ਪੰਜਾਬ ਦੇ ਵਿੱਚ ਵੀ ਨਿਵੇਸ਼ ਕਰਨਾ ਚਾਹੁੰਦੇ ਨੇ, ਸੰਭਾਵਨਾਵਾਂ ਉਹ ਪੰਜਾਬ ਦੇ ਵਿੱਚ ਤਲਾਸ਼ ਰਹੇ ਨੇ, ਅਤੇ ਜੋ ਮੁਲਾਕਾਤ ਹੋਣ ਜਾ ਰਹੀ ਹੈ ਕੱਲ੍ਹ ਮੁੱਖ ਮੰਤਰੀ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਨਾਲ, ਉਮੀਦ ਇਹੀ ਕਰਨੀ ਚਾਹੀਦੀ ਹੈ ਕਿ ਇਸ ਮੁਲਾਕਾਤ ਦੇ ਕੋਈ ਚੰਗੇ ਨਤੀਜੇ ਜਿਹੜੇ ਸਾਹਮਣੇ ਆਉਣਗੇ ਅਤੇ ਨਿਵੇਸ਼ ਪੰਜਾਬ ਦੇ ਵਿੱਚ ਕੈਨੇਡਾ ਤੋਂ ਆਏਗਾ ਅਤੇ ਜਿਹੜੇ ਰਿਸ਼ਤੇ ਨੇ ਉਹ ਹੋਰ ਸੁਧਰਨਗੇ। ਫਿਲਹਾਲ ਇਸ ਚਰਚਾ ਦੇ ਵਿੱਚ ਹਨ, ਧੰਨਵਾਦ।
ਹੈ।